Thank you.
ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਧੰਨ ਗੁਰੂ ਗਰੀਬ ਨਿਵਾਜ ਜੀਓ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਮੇਨ ਘਟਾਓ ਥੋੜ੍ਹੀ ਜਿਹੀ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਮੇ ਵਿੱਚੋਂ ਜਾਏ ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਅਸੀਂ ਬਣ ਕੇ ਭਿਖਾਰੀ ਦਾਰੇ ਆਏ ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕਰਿਓ ਅਸੀਂ ਬਣ ਕੇ ਭਿਖਾਰੀ ਦਰ ਆਏ ਖੈਰ ਪਾ ਦਿਓ ਬੰਦਗੀ ਦੀ ਅਸੀਂ ਬਣ ਕੇ ਭਿਖਾਰੀ ਦਰ ਆਏ ਖੈਰ ਪਾ ਦਿਓ ਬੰਦਗੀ ਦੀ ਪਾ ਦਿਓ ਬੰਦਗੀ
ਅਸੀਂ ਬਣ ਕੇ ਭਿਖਾਰੀ ਦਰ ਆਏ, ਖੈਰ ਪਾ ਦਿਓ ਬੰਦਗੀ ਦੀ। ਬਣ ਕੇ ਭਿਖਾਰੀ ਦਰ ਆਏ, ਖੈਰ ਪਾ ਦਿਓ ਬੰਦਗੀ ਦੀ। ਅਸੀਂ ਬਣ ਕੇ ਭਿਖਾਰੀ ਦਰ ਖੈਰ ਪਾ ਦਿਓ ਜੀ ਬੰਦਗੀ ਦੀ, ਖੈਰ ਪਾ ਦਿਓ ਜੀ ਬੰਦਗੀ ਦੀ। ਖੈਰ ਪਾ ਦਿਓ ਜੀ ਬੰਦਗੀ ਦੀ, ਖੈਰ ਪਾ ਦਿਓ ਜੀ ਬੰਦਗੀ ਦੀ, ਖੈਰ ਪਾ ਦਿਓ ਜੀ ਬੰਦਗੀ ਦੀ, ਖੈਰ ਪਾ ਦਿਓ ਜੀ ਬਣ ਕੇ ਭਿਖਾਰੀ ਦਰ ਆਏ, ਖੈਰ ਪਾ ਦਿਓ ਬੰਦਗੀ ਦੀ। ਅਸੀਂ ਬਣ ਕੇ ਭਿਖਾਰੀ ਦਰ ਆਏ, ਖੈਰ ਪਾ ਦਿਓ ਬੰਦਗੀ ਦੀ। ਅਸੀਂ ਬਣ ਕੇ ਭਿਖਾਰੀ ਦਰ ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਨੂੰ ਦੁਆਰ, ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਦਿਲੋਂ ਮੁਹੱਬਤ ਜਿਨ
ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇਂਦੀ ਮਾਉ ਆਏ ਪਰਬਤਗਾਰ ਅਪਾਰ ਅਗੰਮ ਬੇਅੰਤ ਤੂੰ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦੇ ਖੈਰ ਦੀਜੈ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਜੀ ਇੱਕੋ ਵਾਰੀ ਕਹਿਣ ਤੇ ਸਾਰੀ ਸੰਗਤ ਸਤਿਗੁਰਾਂ ਨੂੰ ਦੋਏ ਹੱਥ ਜੋੜ ਕੇ ਸੀਸ ਨਿਵਾ ਕੇ ਗੱਜ ਵੱਜ ਕੇ ਇੱਕੋ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਨੇਕੀ ਵਾਲੇ ਤਿੰਨਾਂ ਤੋਂ ਬਰਸਾਏ ਤਿੰਨਾਂ ਦੇ ਚਰਨ ਸੇਵਕ ਸ਼੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਨੇਕੀ ਵਾਲਿਆਂ ਦੀ ਸਲਾਨਾ ਮਿੱਠੀ ਯਾਦ ਦੇ ਵਿੱਚ ਆਪ ਜੀ ਪਿਛਲੇ ਕਈ ਰੋਜ਼ਾਂ ਤੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਨਿਰੰਤਰ 11 ਤਰੀਕ ਤੋਂ ਰਾਤਰੀ ਦੇ ਦੀਵਾਨਾਂ ਵਿੱਚ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਅੱਜ ਅੰਮ੍ਰਿਤ ਵੇਲੇ ਚੱਲ ਰਹੀ ਪਾਵਨ ਬਾਣੀ ਦੇ ਜਾਪ ਸੰਪੂਰਨ ਭੋਗ ਪਾਏ ਉਪਰੰਤ ਨਵੇਂ ਦਰਬਾਰ ਵਿਖੇ ਖੁੱਲ੍ਹੇ ਪੰਡਾਲਾਂ ਦੇ ਵਿੱਚ ਸਤਿਗੁਰੂ ਜੀ ਪ੍ਰਕਾਸ਼ ਰੂਪ ਹੋ ਕਰਕੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰ ਰਹੇ ਨੇ ਸਾਡੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਸਰਤਾਜ ਸਿੰਘ ਜੀ ਭਾਈ ਗੁਰਦੀਪ ਸਿੰਘ ਜੀ ਭਾਈ ਲਖਵੀਰ ਸਿੰਘ ਜੀ ਉਹਨਾਂ ਨੇ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੁਆਰਾ ਸਾਂਝ ਪਾਈ ਦਸਾਂ ਤੋਂ ਬਾਅਦ ਭਾਈ ਸਾਹਿਬ ਭਾਈ ਗਿਆਨੀ ਤਰਸੇਮ ਸਿੰਘ ਜੀ ਮੋਹਰਾਂ ਵਾਲੀ ਜੀ ਉਹਨਾਂ ਨੇ ਸੰਗਤ ਦੇ ਚਰਨਾਂ ਦੀ ਸੇਵਾ ਕਰਨੀ ਹੈ ਉਪਰੰਤ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਜੀ ਪਰਵਾਨਾ ਉਹ ਵੀ ਸੰਗਤ ਦੀ ਚਰਨਾਂ ਦੀ ਸੇਵਾ ਕਰਨ ਵਾਸਤੇ ਪਹੁੰਚ ਰਹੇ ਨੇ ਸੋ ਜਿਤਨਾ ਵੀ ਸਮਾਂ ਗੁਰੂ ਸਾਹਿਬ ਸਾਨੂੰ ਤੁਹਾਨੂੰ ਸਾਰਿਆਂ ਨੂੰ ਬਖਸ਼ਦੇ ਨੇ ਗੁਰ ਇਤਿਹਾਸ ਗੁਰਮਤਿ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ ਬਾਹਰ ਜਿਹੜੀਆਂ ਸੰਗਤਾਂ ਨੇ ਸੇਵਾਦਾਰਾਂ ਤੋਂ ਬਗੈਰ ਜਿਹਨਾਂ ਨੇ ਜਲ ਪਾਣੀ ਛਕ ਲਿਆ ਹੈ ਜਿੱਥੇ ਵੀ ਆਪ ਜੀ ਆਵਾਜ਼ ਸੁਣਦੇ ਹੋ ਇੱਧਰ ਉੱਧਰ ਘੁੰਮਣ ਦੀ ਬਜਾਏ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸੱਜਣ ਦੀ ਕਿਰਪਾਲਤਾ ਕਰੀਏ ਮਹਾਂਪੁਰਖਾਂ ਨੇ ਉਪਰਾਲਾ ਕੀਤਾ ਹੈ ਸ਼੍ਰੀਮਾਨ ਸੰਤ ਬਾਬਾ ਸੁਰਜੀਤ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਸਤਵਿੰਦਰ ਸਿੰਘ ਜੀ ਉਹਨਾਂ ਦੇ ਉਪਰਾਲੇ ਸਦਕਾ ਅਸੀਂ ਤੁਸੀਂ ਸਾਰੇ ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਇਕੱਤਰ ਹੋਏ ਹਾਂ ਰਾਤ ਦੇ ਦੀਵਾਨਾਂ ਵਿੱਚ ਵੀ ਆਪ ਜੀ ਨੇ ਹਾਜ਼ਰੀ ਭਰੀ ਰਾਤ ਦੇ ਦੀਵਾਨਾਂ ਵਿੱਚ ਪ੍ਰੇਮ ਦੀ ਗੱਲ ਹੋਈ ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਬਚਨ ਕਰਦੇ ਨੇ ਭਾਈ ਪ੍ਰੇਮਾ ਭਗਤੀ ਕਰੋਗੇ ਪਰਮਾਤਮਾ ਦੀ ਪ੍ਰਾਪਤੀ ਸਹਿਜੇ ਹੁੰਦੀ ਹੈ ਬਾਣੀ ਬੰਦੇ ਦੇ ਜਨਮ ਤੋਂ ਲੈ ਕੇ ਬੰਦੇ ਦੇ ਅਖੀਰੀ ਸਮੇਂ ਤੱਕ
ਕੱਲੀ ਕੱਲੀ ਗੱਲ ਦਾ ਗਿਆਨ ਗੁਰੂ ਸਾਹਿਬ ਤੈਨੂੰ ਜੀਵਨ ਦੇਣ ਦਾ ਜੀਵਨ ਜਿਉਣ ਦੀ ਜਾਚ ਸਿਖਾਉਂਦੇ ਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਸੰਸਾਰ ਦੇ ਵਿੱਚ ਪ੍ਰਗਟ ਹੋ ਕੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਪਦੇਸ਼ ਇੱਕੋ ਹੀ ਸੀ ਵੀ ਅਕਾਲ ਪੁਰਖ ਦੀ ਪੂਜਾ ਕਿਵੇਂ ਹੋਵੇ, ਪਰਮਾਤਮਾ ਦੇ ਨਾਲ ਦੁਨੀਆਂ ਨੂੰ ਜੋੜਿਆ ਕਿਵੇਂ ਜਾਵੇ, ਤੇ ਮਿਲੇਗਾ ਉਹਨੂੰ ਜਿਹਦੇ ਅੰਦਰ ਪ੍ਰੇਮ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਗੁਰੂ ਸਾਹਿਬਾਨਾਂ ਨੇ ਪ੍ਰੇਮ ਦਾ ਉਪਦੇਸ਼ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਸ਼੍ਰੀ ਸਾਹਿਬ ਪਹਿਨੀਆਂ, ਸੀਸ ਤੇ ਕਲਗੀ ਸਜਾਉਣੀ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਆਰੰਭ ਕੀਤੀ। ਮੀਰੀ ਤੇ ਪੀਰੀ ਦੇ ਦੋ ਨਿਸ਼ਾਨ ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਮਹਾਰਾਜ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਬਿਲਕੁਲ ਸ਼ਾਂਤ ਤੇ ਠੰਡੇ ਸੁਭਾਅ ਵਿੱਚ ਰਹਿ ਕੇ ਪ੍ਰੇਮਾ ਭਗਤੀ ਦੇ ਨਾਲ ਸੰਗਤ ਨੂੰ ਮਹਾਰਾਜ ਨੇ ਪ੍ਰੇਰਿਆ। ਪਰ ਜਦੋਂ ਜ਼ੁਲਮ ਦੀ ਅੱਤ ਹੋਈ, ਜਦੋਂ ਗੁਰੂ ਅਰਜਨ ਦੇਵ ਜੀ ਦੇ ਸੀਸ ਵਿੱਚ ਗਰਮ ਰੇਤਾ ਪਾਈ ਗਈ, ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਮਹਾਰਾਜ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ, ਫੇਰ ਉਹ ਹੋਏ ਜ਼ੁਲਮ ਦਾ ਉਸ ਡੁੱਲੇ ਹੋਏ ਖੂਨ ਦੇ ਵਿੱਚੋਂ ਗ੍ਰੰਥੀ ਪੈਦਾ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਸ਼ਸਤਰਧਾਰੀ ਬਣਾਇਆ। ਸਾਨੂੰ ਤੇ ਤੁਹਾਨੂੰ ਗੁਰੂ ਨੇ ਸ਼ਸਤਰ ਬਖਸ਼ਿਸ਼ ਕੀਤੇ। ਮੈਂ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਇੱਕ ਬੇਨਤੀ ਅੱਜ ਦੇ ਦੀਵਾਨ ਵਿੱਚ ਆਪ ਜੀ ਨੂੰ ਕਰਨੀ ਚਾਹੁੰਦਾ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਬਿਰਾਜਦੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਰੋਵਰ ਦੀ ਕਾਰ ਸੇਵਾ ਆਰੰਭ ਕਰਾਈ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਨਾਨਕ ਮਹਾਰਾਜ ਦੇ ਘਰ ਦੇ ਪੰਜਵੇਂ ਮਾਲਕ ਬਣਾਇਆ, ਚੌਥੇ ਮਾਲਕ ਗੁਰੂ ਰਾਮਦਾਸ ਮਹਾਰਾਜ ਬਣੇ ਤੇ ਚੌਥੇ ਪਾਤਸ਼ਾਹ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਸਰੋਵਰ ਸਾਹਿਬ ਦੀ ਸੇਵਾ ਆਰੰਭ ਕਰਾਈ। ਸੇਵਾ ਚੱਲ ਰਹੀ ਸੀ, ਮਹਾਰਾਜ ਜੀ ਨੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਤੇ ਸੰਸਾਰ ਤੋਂ ਜੋਤੀ ਜੋਤ ਸਮਾ ਗਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੇ। ਜਦੋਂ ਸਰੋਵਰ ਦੀ ਸੇਵਾ ਹਜੇ ਚੱਲ ਰਹੀ ਹੈ, ਗੁਰੂ ਅਰਜਨ ਦੇਵ ਮਹਾਰਾਜ ਨੂੰ ਗੱਦੀ ਮਿਲੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਉਸ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਸਰੋਵਰ ਨੂੰ ਪੱਕਿਆਂ ਕਰਨ ਦੀ ਸੇਵਾ ਆਰੰਭ ਕੀਤੀ ਤੇ ਜਦੋਂ ਸਿੱਖਾਂ ਨੇ ਇਹ ਸਰੋਵਰ ਦੇ ਪੱਕਿਆਂ ਕਰਨ ਦੀ ਸੇਵਾ ਸ਼ੁਰੂ ਕੀਤੀ ਮਹਾਰਾਜ ਦੇ ਹੁਕਮ ਨਾਲ, ਫਿਰ ਆਵੇ ਵੀ ਆਪਣੇ ਪਾਏ ਜਿੱਥੇ ਪੱਕੀਆਂ ਇੱਟਾਂ ਬਣਾ ਕੇ ਤੇ ਸਰੋਵਰ ਨੂੰ ਪੱਕਾ ਕੀਤਾ ਜਾਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੱਦੀ ਦੇ ਬਿਰਾਜਮਾਨ ਹੋਣ ਵਾਲੇ ਸਮੇਂ ਦੇ ਅੰਦਰ ਬਠਿੰਡੇ ਸ਼ਹਿਰ ਦਾ ਇੱਕ ਪਿੰਡ ਹੈ ਫਫੜੇ। ਬੜੇ ਧਿਆਨ ਨਾਲ ਬੇਨਤੀ ਸੁਣੋ, ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ ਫਫੜੇ ਭਾਈਕੇ, ਪਹਿਲਾਂ ਉਹਦਾ ਨਾਮ ਸੀ ਫਫੜੇ। ਉਸ ਨਗਰ ਦੇ ਵਿੱਚ ਇੱਕ ਜ਼ਿਮੀਂਦਾਰ ਪਰਿਵਾਰ ਦੇ ਵਿੱਚ
ਬੱਚਾ ਪੈਦਾ ਹੋਇਆ ਉਹ ਜ਼ਿਮੀਂਦਾਰ ਪਰਿਵਾਰ ਦੇ ਵਿੱਚ ਬੱਚਾ ਜੰਮਿਆ ਉਸ ਬੱਚੇ ਦਾ ਨਾਮ ਪਰਿਵਾਰ ਨੇ ਬਹਿਲੋ ਰੱਖਿਆ। ਮੈਂ ਸੇਵਾ ਦੀ ਬੇਨਤੀ ਆਪ ਜੀ ਨੂੰ ਕਰਨ ਲੱਗਿਆ ਆਪਣੇ ਬੱਚੇ ਨੂੰ ਭਾਈ ਬਹਿਲੋ ਕਹਿ ਕੇ ਪਰਿਵਾਰ ਨੇ ਬੁਲਾਉਣਾ ਉਹਦਾ ਨਾਮ ਦਿੱਤਾ ਭਾਈ ਬਹਿਲੋ ਜੀ। ਗੁਰੂ ਘਰ ਦੇ ਵਿੱਚ ਥਾਂ ਉਹਨੂੰ ਹੀ ਮਿਲਿਆ ਹੈ ਜਿਹਨੇ ਪਿੱਛੇ ਰਹਿ ਕੇ ਸੇਵਾ ਕੀਤੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਹੁੰਦੀ ਨਹੀਂ ਆਦਤ ਕਈ ਵਾਰੀ ਧੱਕੇ ਮਾਰ ਮਾਰ ਕੇ ਮੂਹਰੇ ਨੂੰ ਹੋਈ ਜਾਣਾ, ਨਹੀਂ ਸੇਵਾ ਵੀ ਕਰੇ ਮਨ ਕਰਕੇ ਨੀਵਾ ਵੀ ਰਵੇ ਪਿੱਛੇ ਰਵੇ। ਅੱਜ ਤਾਂ ਉਹੀ ਆਇਆ ਜਿਹੜਾ ਪਿੱਛੇ ਰਹਿ ਕੇ ਸੇਵਾ ਕਰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਉਹੀ ਅੱਗੇ ਆਏ ਹੈ ਚਾਹੇ ਤੁਸੀਂ ਭਾਈ ਮੰਝ ਜੀ ਦੀ ਗੱਲ ਕਰ ਲਓ। ਮੰਝ ਪਿਆਰਾ ਗੁਰ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਪਿੱਛੇ ਦਾ ਮਤਲਬ ਇਹ ਹੈ ਵੀ ਕਰ ਵੀ ਲੈਣੀ ਜਣਾਉਣਾ ਵੀ ਨਹੀਂ, ਅੱਗੇ ਹੋ ਕੇ ਨਹੀਂ ਦੱਸਣਾ ਵੀ ਮੈਂ ਨਾ ਹੁੰਦਾ ਤੇ ਸੇਵਾ ਕਿੱਦਾਂ ਹੁੰਦੀ। ਨਹੀਂ ਨਹੀਂ, ਮਹਾਰਾਜ ਦੇ ਘਰ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਨੀਵਾਂ ਮੰਨ ਕੇ ਚੱਲਦਾ ਹੈ। ਬਹੁਤ ਵਾਰ ਤੁਸੀਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਇਹ ਬਚਨ ਸਰਵਣ ਕੀਤਾ, ਆਪਸ ਕੋ ਜੋ ਜਾਣੇ ਨੀਚਾ ਸੋ ਗੰਨੀਏ ਸਭ ਤੇ ਉੱਚਾ। ਮਹਾਰਾਜ ਕਹਿੰਦੇ ਮੇਰੇ ਘਰ ਚ ਉੱਚਾ ਉਹੀ ਹੈ ਜਿਹੜਾ ਮਨ ਕਰਕੇ ਨੀਵਾਂ ਰਵੇ। ਆਖੋ ਸਤਨਾਮ ਗੁਰੂ ਜੀ। ਨੀਵਾਂ ਰਵੇਗਾ ਤੇ ਮਹਾਰਾਜ ਕਹਿੰਦੇ ਉਹਨੂੰ ਮੁਰਾਦਾਂ ਵੀ ਸਾਰੀਆਂ ਗੁਰੂ ਨਾਨਕ ਦੇ ਘਰ ਚੋਂ ਮਿਲਣਗੀਆਂ। ਮਿੱਠਾ ਬੋਲਣਾ ਤੇ ਨਿਭ ਕੇ ਚੱਲਣਾ ਗੁਰਸਿੱਖ ਦੀ ਨਿਸ਼ਾਨੀ ਹੈ, ਇਹੋ ਹੈ ਨਿਸ਼ਾਨੀ ਪ੍ਰੇਮ ਦੀ। ਮਿੱਠਾ ਬੋਲਣਾ ਤੇ ਨਿਭ ਕੇ ਚੱਲਣਾ, ਇਹੋ ਹੈ ਨਿਸ਼ਾਨੀ ਪ੍ਰੇਮ ਦੀ। ਬੋਲਣਾ ਤੇ ਨਿਭ ਕੇ ਚੱਲਣਾ, ਇਹੋ ਹੈ ਨਿਸ਼ਾਨੀ ਪ੍ਰੇਮ ਦੀ। ਮਿੱਠਾ ਬੋਲਣਾ ਤੇ ਨਿਭ ਕੇ ਚੱਲਣਾ, ਇਹੋ ਹੈ ਨਿਸ਼ਾਨੀ ਪ੍ਰੇਮ ਦੀ। ਮਿੱਠਾ ਬੋਲਣਾ ਤੇ ਨਿਭ ਕੇ ਚੱਲਣਾ, ਇਹੋ ਹੈ ਨਿਸ਼ਾਨੀ ਪ੍ਰੇਮ ਦੀ। ਮਿੱਠਾ ਬੋਲਣਾ ਤੇ ਬੋਲਣਾ ਤੇ ਨਿਭ ਕੇ ਚੱਲਣਾ, ਇਹੋ ਹੈ ਨਿਸ਼ਾਨੀ ਪ੍ਰੇਮ ਦੀ। ਮਿੱਠਾ ਬੋਲਣਾ ਤੇ ਨਿਭ ਕੇ ਚੱਲਣਾ, ਇਹੋ ਹੈ ਨਿਸ਼ਾਨੀ ਪ੍ਰੇਮ ਦੀ। ਮਿੱਠਾ ਬੋਲਣਾ ਤੇ ਨਿਭ ਕੇ ਚੱਲਣਾ, ਇਹੋ ਹੈ ਨਿਸ਼ਾਨੀ। ਨਿਸ਼ਾਨੀ ਪ੍ਰੇਮ ਦੀ,
ਇਹੋ ਹੈ ਜੀ ਨਿਸ਼ਾਨੀ ਪ੍ਰੇਮ ਦੀ ਬੋਲਣਾ ਤੇ ਨਿਭਕੇ ਚੱਲਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਮਿੱਠਾ ਬੋਲਣਾ ਤੇ ਨਿਭਕੇ ਚੱਲਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਮਿੱਠਾ ਬੋਲਣਾ ਤੇ ਨਿਭਕੇ ਚੱਲਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਮਿੱਠਾ ਬੋਲਣਾ ਚੱਲਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਮਿੱਠਾ ਬੋਲਣਾ ਤੇ ਨਿਭਕੇ ਚੱਲਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਮਿੱਠਾ ਬੋਲਣਾ ਤੇ ਨਿਭਕੇ ਚੱਲਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਮਿੱਠਾ ਬੋਲਣਾ ਮਨ ਨੀਵਾਂ ਰੱਖ ਕੇ ਤੁਰਨਾ ਇਹ ਪ੍ਰੇਮ ਦੀ ਨਿਸ਼ਾਨੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਆਸਣ ਤੇ ਬਿਰਾਜਮਾਨ ਨੇ ਉੱਧਰ ਬਠਿੰਡੇ ਸ਼ਹਿਰ ਦਾ ਪਿੰਡ ਫਫੜੇ ਉੱਥੇ ਪੈਦਾ ਹੋਇਆ ਜ਼ਿਮੀਂਦਾਰ ਪਰਿਵਾਰ 'ਚ ਬੱਚਾ ਨਾਮ ਰੱਖਿਆ ਭਾਈ ਬਹਿਲੋ ਜੀ ਤੇ ਪਿਆਰਿਓ ਭਾਈ ਬਹਿਲੋ ਜੀ ਬਚਪਨ ਤੋਂ ਲੈ ਕੇ ਹੀ ਸਖੀ ਸਰਵਰ ਪੀਰ ਦੇ ਚੇਲੇ ਬਣੇ ਹੈ ਜ਼ਿਮੀਂਦਾਰ ਪਰਿਵਾਰ ਸਖੀ ਸਰਵਰ ਪੀਰ ਦੇ ਚੇਲੇ ਬਣ ਕੇ ਪਿੰਡ 'ਚ ਉਹਨਾਂ ਨੂੰ ਸੁਲਤਾਨੀਆਂ ਕਹਿਣ ਲੱਗ ਪਏ ਲੋਕ ਕਿਉਂਕਿ ਜਦੋਂ ਬੰਦਾ ਕਿਸੇ ਮਾਰਗ ਤੇ ਪੈਂਦਾ ਹੈ ਉਸ ਇਸਲਾਮ ਮਤ ਵਿੱਚ ਪੈ ਕੇ ਭਾਈ ਬਹਿਲੋ ਨੇ ਪਹਿਲਾਂ ਕਈ ਜਪ ਤਪ ਕੀਤੇ ਕਈ ਛਿਲੇ ਕੀਤੇ ਕਈ ਸ਼ਬਦਾਂ ਦੀ ਮਿਹਨਤ ਕੀਤੀ ਚਲੀਸੇ ਕਰਕੇ ਕਰਾਮਾਤਾਂ ਕੋਲ ਆਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇ ਜਦੋਂ ਬੰਦੇ ਕੋ ਕਰਾਮਾਤ ਆ ਜਾਂਦੀ ਹੈ ਨਾ ਰਿੱਧ ਸਿੱਧ ਨਾਵੈ ਕੀ ਦਾਸੀ ਬਹੁਤੇ ਲੋਕ ਇੱਥੇ ਹੀ ਫਸ ਜਾਂਦੇ ਨੇ ਤੋਂ ਅੱਗੇ ਨਹੀਂ ਜਾਂਦੇ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਉਂਕਿ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਪਰਮਾਤਮਾ ਤੇ ਤੁਹਾਨੂੰ ਦੇਣ ਵਾਸਤੇ ਦਾਤਾ ਨੌ ਨਿਧਾਂ 18 ਸਿਧਾਂਤ ਦੇ ਲਈ ਖੜਾ ਹੈ ਜਦੋਂ ਤੁਸੀਂ ਬੰਦਗੀ ਨਾਲ ਭਜਨ ਨਾਲ ਸਿਮਰਨ ਨਾਲ ਜੁੜਦੇ ਹੋ ਪਹਿਲਾਂ ਇਹੀ ਆ ਕੇ ਘੇਰਦੀ ਹੈ ਤੇ ਜਿਹੜਾ ਬੰਦਾ ਕਰਾਮਾਤ ਵਿੱਚ ਘਿਰ ਜਾਂਦਾ ਹੈ ਫਿਰ ਅੱਗੇ ਚੱਲਦਾ ਨਹੀਂ ਕਿਸੇ ਦੇ ਮਨ 'ਚ ਕੀ ਹੈ ਪਤਾ ਲੱਗਣ ਲੱਗ ਜਾਣਾ ਆਉਣ ਵਾਲਾ ਸਮਾਂ ਪਤਾ ਲੱਗਣਾ ਪਿੱਛੇ ਵਾਲਾ ਲੰਘਿਆ ਪਤਾ ਲੱਗਣਾ ਜਦੋਂ ਬੰਦਾ ਇਹਨਾਂ ਰਿੱਧੀਆਂ ਸਿੱਧੀਆਂ ਦੇ ਵਿੱਚ ਪੈਂਦਾ ਇੱਥੇ ਫਸ ਜਾਂਦਾ ਫਿਰ ਅੱਗੇ ਨਹੀਂ ਚੱਲਦਾ ਪਰ ਮਹਾਰਾਜ ਨੇ ਬਚਨ ਕੀਤਾ ਭਾਈ ਇਹ ਸਾਰੇ ਪੜਾਅ ਛੱਡ ਕੇ ਸਿੱਖ ਨੇ ਸਬਰ ਰੱਖ ਕੇ ਸੱਚਖੰਡ ਦਾ ਬੰਦੀ ਬਣਨਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਪਣਾ ਨਿਸ਼ਾਨਾ ਗੁਰੂ ਦੇ ਪ੍ਰੇਮ ਦੀ ਪ੍ਰਾਪਤੀ ਕਰਨੀ ਹੈ ਤੇ ਜਦੋਂ ਕਿਸੇ ਦੇ ਮਨ ਬਾਰੇ ਪਤਾ ਲੱਗਣ ਲੱਗ ਜੇ ਫਿਰ ਅਸੀਂ ਉਹਦੇ ਤੇ ਪ੍ਰਭਾਵ ਪਾਉਂਦੇ ਹਾਂ ਫਿਰ ਅਗਲਾ ਸਾਡੇ ਪੈਰੀ ਪੈਂਦਾ ਬੰਦੇ ਨੂੰ ਇਹ ਮਾਣ ਸ਼ੌਹਰਤ ਫਿਰ ਇਹ ਉੱਥੇ ਹੀ ਘੇਰ ਲੈਂਦੀ ਹੈ ਅੱਗੇ ਬੰਦਗੀ ਵੱਲ ਤੁਰਨ ਨਹੀਂ ਦਿੰਦੀ ਭਾਈ ਬਹਿਲੋ ਜੀ ਨੇ
ਚਲੀਸੇ ਕੱਢੇ, ਇਸਲਾਮਿਕ ਮਤ ਦੇ ਜੰਤਰਾਂ ਮੰਤਰਾਂ ਨੂੰ ਸਿੱਧ ਕੀਤਾ, ਕਲਮੇ ਪੜ੍ਹੇ, ਕੁਝ ਤਾਕਤਾਂ ਰਿੱਧੀਆਂ ਸਿੱਧੀਆਂ ਕੋਲ ਆ ਗਈਆਂ, ਲੋਕ ਆ ਕੇ ਬੇਨਤੀਆਂ ਕਰਦੇ ਨੇ, ਅਰਦਾਸ ਪੂਰੀ ਹੁੰਦੀ ਹੈ ਤੇ ਭਾਈ ਬਹਿਲੋ ਜੀ ਦੇ ਕੋਲ ਫਫੜੇ ਪਿੰਡ ਦੇ ਵਿੱਚ ਇੱਕ ਨਹੀਂ ਸੌਆਂ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਆਉਂਦੀ ਹੈ। ਕੋਈ ਆ ਕੇ ਸਤਿਕਾਰ ਕਰਦਾ, ਕੋਈ ਆ ਕੇ ਭਾਈ ਬਹਿਲੋ ਜੀ ਨੂੰ ਬੇਨਤੀਆਂ ਕਰਦਾ, ਚੜ੍ਹਾਵੇ ਚੜ੍ਹਦੇ ਨੇ ਤੇ ਭਾਈ ਬਹਿਲੋ ਜੀ ਦੇ ਰਿੱਧੀਆਂ ਸਿੱਧੀਆਂ ਤੇ ਪ੍ਰਾਪਤ ਕੀਤੀਆਂ। ਪਰ ਇੱਕ ਜਿਹੜੀ ਮਨ ਦੀ ਭਟਕਣਾ ਸੀ ਨਾ, ਮਨ ਦਾ ਟਕਾ, ਉਹ ਨਹੀਂ ਮਿਲਿਆ। ਆਖੋ ਸਤਨਾਮ। ਉਹ ਤਾਕਤ ਦੇ ਨਾਲ, ਉਹ ਪੈਸੇ ਦੇ ਨਾਲ, ਉਹ ਸ਼ੌਹਰਤ ਦੇ ਨਾਲ ਮਨ ਦਾ ਟਕਾ ਪ੍ਰਾਪਤ ਨਹੀਂ ਹੁੰਦਾ। ਬੰਦਾ ਸੇਵਾ ਵੀ ਕਰੇ, ਬੰਦਗੀ ਵੀ ਕਰੇ, ਮਨ ਨੂੰ ਸਮਝਾਵੇ ਤੇ ਮਨ ਨੂੰ ਸਮਝਾਉਣਾ ਕਿਵੇਂ ਹੈ? ਗੁਰਬਾਣੀ ਨੇ ਤੈਨੂੰ ਬਚਨ ਕੀਤਾ ਹੈ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪੜਿਆ ਕਰੇਜੇ ਛੇਕ। ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ, ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ, ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ, ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ, ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ, ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ, ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ, ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ, ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ, ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ, ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ, ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਨ ਪਰ ਤਖ ਗੁਰੂ ਵਿਸਤਾਰੇ। ਮਨ ਨੂੰ ਸਮਝਾਉਣ ਦਾ ਤਰੀਕਾ ਇੱਕੋ ਹੀ ਹੈ, ਮਹਾਰਾਜ ਕਹਿੰਦੇ ਬਾਣੀ ਦੇ ਬਾਣ
ਮਾਰ ਮਾਰ ਕੇ ਮਨ ਨੂੰ ਸਮਝਾ। ਭਾਈ ਬਹਿਲੋ ਜੀ ਦੇ ਕੋਲ ਰਿੱਧੀਆਂ ਸਿੱਧੀਆਂ ਆਈਆਂ, ਭਾਈ ਬਹਿਲੋ ਜੀ ਦੀ ਪ੍ਰਸਿੱਧੀ ਹੋ ਗਈ। ਤੇ ਜਦੋਂ ਭਾਈ ਬਹਿਲੋ ਜੀ ਦੀ ਪ੍ਰਸਿੱਧੀ ਹੋਈ ਤੇ ਬੜੀ ਦੁਨੀਆਂ ਆ ਕੇ ਲਾਹੇ ਪ੍ਰਾਪਤ ਕਰਦੀ ਹੈ, ਬੜਾ ਕੁਝ ਆ ਕੇ ਮੰਗਾਂ ਮੰਗਦੀ ਹੈ, ਪਰ ਭਾਈ ਬਹਿਲੋ ਜੀ ਦੇ ਅੰਦਰ ਉਹ ਟਿਕਾ ਨਹੀਂ, ਉਹ ਸ਼ਾਂਤੀ ਨਹੀਂ ਜਿਹੜੀ ਉਹ ਲੱਭਦੇ ਨੇ। ਉਹ ਮਿਲਦੀ ਪੂਰੇ ਗੁਰੂ ਦੇ ਚਰਨਾਂ 'ਚ ਹੀ ਹੈ। ਉਹ ਬੰਦਗੀ ਮਿਲੇਗੀ ਕਿੱਥੋਂ? ਉਹ ਸੇਵਾ ਤੇ ਸਿਮਰਨ ਬੰਦਗੀ ਭਜਨ ਦੇ ਨਾਲ ਹੀ ਮਨ ਦੀ ਸ਼ਾਂਤੀ ਮਿਲਦੀ ਹੈ। ਇੱਥੇ ਵੱਡੇ ਵੱਡੇ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਮਾੜੀ ਜੀ ਗੱਲ ਹੋਵੇ ਜਦੇ ਭੜਕ ਪੈਂਦੇ ਨੇ, ਆਖੋ ਸਤਨਾਮ ਵਾਹਿਗੁਰੂ ਜੀ। ਇਹਨੂੰ ਕਾਬੂ ਦੇ ਵਿੱਚ ਰੱਖਣਾ, ਇਸ ਮਨ ਦੀਆਂ ਰਾਤ ਪੜਿਆ ਸੀ ਨਾ ਧਾਰਨਾ ਦੇ ਰੂਪ 'ਚ, ਕੋਈ ਬਿਰਲਾ ਗੁਰਮੁਖ ਮੋੜੇ ਮਨ ਦੀਆਂ ਬਾਗਾਂ ਨੂੰ, ਇਹਨੂੰ ਕੋਈ ਕੋਈ ਮੋੜਦਾ। ਤੇ ਜਦੋਂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੱਕ ਇਹ ਬਚਨ ਪਹੁੰਚਿਆ ਕਿ ਉਸ ਬਠਿੰਡੇ ਜ਼ਿਲ੍ਹੇ ਦੇ ਪਿੰਡ ਫਫੜੇ ਦੇ ਵਿੱਚ ਇੱਕ ਭਾਈ ਬਹਿਲੋ ਕਰਕੇ ਹੈ, ਤੇ ਮਹਾਰਾਜ ਨੇ ਨਾ ਇੱਕ ਸਿੱਖ ਕੋਲ ਸੱਦਾ ਭੇਜਿਆ ਭਾਈ ਬਹਿਲੋ ਨੂੰ, ਆਖੋ ਸਤਨਾਮ ਵਾਹਿਗੁਰੂ ਜੀ। ਆਪ ਸੱਦਾ ਭੇਜਿਆ, ਤੇ ਜਦੋਂ ਭਾਈ ਬਹਿਲੋ ਜੀ ਨੂੰ ਸੱਦਾ ਭੇਜਿਆ ਮਹਾਰਾਜ ਨੇ, ਸਿੱਖ ਚਿੱਠੀ ਲੈ ਕੇ ਪਹੁੰਚਿਆ। ਤੇ ਜਦੋਂ ਸਿੱਖ ਲੈ ਕੇ ਉਹਦੇ ਨਗਰ ਫਫੜੇ ਦੇ ਵਿੱਚ ਚਿੱਠੀ ਪਹੁੰਚ ਗਿਆ, ਆਖਿਆ ਕਹਿੰਦੇ ਬਹਿਲੋ ਜੀ, ਗੁਰੂ ਅਰਜਨ ਦੇਵ ਮਹਾਰਾਜ ਨੇ ਤੁਹਾਡੇ ਲਈ ਆ ਹੁਕਮਨਾਮਾ ਭੇਜਿਆ ਜਾਂ ਪੱਤਰ ਭੇਜਿਆ। ਭਾਈ ਬਹਿਲੋ ਜੀ ਨੇ ਉਹ ਪੱਤਰ ਪੜ੍ਹਿਆ। ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਭਾਈ ਬਹਿਲੋ ਜੀ ਨੂੰ ਬੁਲਾਇਆ, ਪਰ ਭਾਈ ਬਹਿਲੋ ਜੀ ਇਹ ਸੋਚ ਕੇ ਰੁਕ ਗਏ ਵੀ ਲੋਕਾਂ ਵਿੱਚ ਮੇਰਾ ਸਤਿਕਾਰ ਬਹੁਤ ਹੈ, ਲੋਕ ਮੈਨੂੰ ਸੁਲਤਾਨੀਆਂ ਕਹਿੰਦੇ ਨੇ, ਲੋਕ ਮੈਨੂੰ ਪੀਰ ਮੰਨਦੇ ਨੇ, ਜੇ ਮੈਂ ਸਿੱਖਾਂ ਦੇ ਗੁਰੂ ਕੋਲ ਜਾਵਾਂ ਲੋਕ ਮੇਰੀ ਜਾਂ ਮੇਰਾ ਪੀਰ ਮੇਰਾ ਸਖੀ ਸਰਵਰ ਪੀਰ ਮੇਰੇ ਤੇ ਇਤਰਾਜ਼ ਕਰੇਗਾ, ਮੇਰੀ ਸੰਗਤ ਇਤਰਾਜ਼ ਕਰੇਗੀ ਵੀ ਅਸੀਂ ਇਹਦਾ ਸਤਿਕਾਰ ਕਰਦੇ ਹਾਂ। ਇਹ ਜਾ ਕੇ ਸਿੱਖਾਂ ਦੇ ਗੁਰੂ ਦੇ ਪੈਰੀ ਪੈ ਗਿਆ, ਆਪਣੀ ਹੇਠੀ ਮੰਨਦੇ ਆ, ਆਪਣੇ ਆਪ ਦਾ ਝੁਕਾ ਮੰਨਦੇ ਆ, ਭਾਈ ਬਹਿਲੋ ਜੀ ਤੁਰੇ ਹੀ ਨਹੀਂ। ਆਖੋ ਸਤਨਾਮ ਵਾਹਿਗੁਰੂ ਜੀ। ਪਹਿਲੇ ਸੱਦੇ ਤੇ ਨਹੀਂ ਗਏ, ਕੁਝ ਦਿਨ ਲੰਘੇ ਜਦੋਂ ਭਾਈ ਬਹਿਲੋ ਜੀ ਨਹੀਂ ਗਏ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਦੂਜਾ ਸੱਦਾ ਭੇਜਿਆ। ਜਦੋਂ ਸੱਦਾ ਭੇਜਿਆ ਤੇ ਉਸ ਸੱਦੇ ਦੇ ਵਿੱਚ ਬਚਨ ਇਹ ਸੀ ਵੀ ਤੈਨੂੰ ਐਵੇਂ ਬਾਜਾਂ ਨਹੀਂ ਮਾਰਦੇ, ਤੇਰਾ ਤੇ ਸਾਡਾ ਪੂਰਵਲੇ ਕਰਮਾਂ ਦਾ ਲੈਣ ਦੇਣਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਤੂੰ ਆ, ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਤੂੰ ਆ, ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਤੂੰ ਆ, ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਤੂੰ ਆ, ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਤੂੰ ਆ, ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਤੂੰ ਆ, ਹਾਂ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਤੂੰ ਆ, ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਤੂੰ ਆ, ਪੰਜਵੇਂ ਗੁਰੂ ਜੀ।
ਰੱਖ ਦੇ ਇੱਕ ਵਾਰੀ ਚੱਲ ਕੇ ਤੂੰ ਆ ਅੱਜ ਮੈਂ ਗੁਰੂ ਜੀ ਤੈਨੂੰ ਆਖ ਦੇ ਇੱਕ ਵਾਰੀ ਚੱਲ ਕੇ ਤੂੰ ਆ ਅੱਜ ਮੈਂ ਗੁਰੂ ਜੀ ਤੈਨੂੰ ਆਖ ਦੇ ਇੱਕ ਵਾਰੀ ਚੱਲ ਕੇ ਤੂੰ ਆ 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 ਹਾਂ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਇੱਕ ਵਾਰੀ ਚੱਲ ਕੇ ਕਾਹਨੂੰ ਫਿਰਦਾ ਤੂੰ ਭਰਮਾਂ ਦਾ ਮਾਰਿਆ ਇੱਕ ਵਾਰੀ ਆ ਕੇ ਭਰਮ ਮਿਟਾ ਕਾਹਨੂੰ ਫਿਰਦਾ ਤੂੰ ਭਰਮਾਂ ਦਾ ਮਾਰਿਆ ਇੱਕ ਵਾਰੀ ਆ ਕੇ ਭਰਮ ਮਿਟਾ ਇੱਕ ਵਾਰੀ ਆ ਕੇ ਭਰਮ ਮਿਟਾ ਹਾਂਜੀ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੋ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੋ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੇ ਵਾਰੀ ਚੱਲ ਕੇ ਤੂੰ ਆ ਹੈਲੋ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲਾ ਇੱਕ ਵਾਰੀ ਚੱਲ ਕੇ ਤੂੰ ਆ ਹਾਂ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੋ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੋ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੋ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੋ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੋ ਇੱਕ ਵਾਰੀ ਚੱਲ ਕੇ ਤੂੰ ਆ ਪਿਛਲੇ ਜਨਮ ਦੀਆਂ ਲੱਗੀਆਂ ਇਸ ਜਨਮ ਚ ਆਣ ਕੇ ਨਿਭਾ ਪਿਛਲੇ ਜਨਮ ਦੀਆਂ ਲੱਗੀਆਂ ਇਸ ਜਨਮ ਚ ਆਣ ਕੇ ਨਿਭਾ ਪਿਛਲੇ ਜਨਮ ਦੀਆਂ ਲੱਗੀਆਂ
ਇਸ ਜਨਮ ਚ ਆਣ ਕੇ ਨਿਭਾ ਪਿਛਲੇ ਜਨਮ ਦੀ ਹਾਂ ਪਿਛਲੇ ਜਨਮ ਦੀਆਂ ਲੱਗੀਆਂ ਸੁਣਿਆ ਕਰੋ ਪਹਿਲਾਂ ਇਸ ਪਿਛਲੇ ਜਨਮ ਦੀਆਂ ਲੱਗੀਆਂ ਇਸ ਜਨਮ ਚ ਆਣ ਕੇ ਨਿਭਾ ਪਿਛਲੇ ਜਨਮ ਦੀਆਂ ਲੱਗੀਆਂ ਇਸ ਜਨਮ ਚ ਆਣ ਕੇ ਨਿਭਾ ਪਿਛਲੇ ਜਨਮ ਦੀਆਂ ਲੱਗੀਆਂ ਇਸ ਜਨਮ ਚ ਆ ਕੇ ਨਿਭਾ ਪਿਛਲੇ ਜਨਮ ਦੀਆਂ ਲੱਗੀਆਂ ਇਸ ਜਨਮ ਚ ਆਣ ਕੇ ਨਿਭਾ ਪਿਛਲੇ ਜਨਮ ਦੀਆਂ ਲੱਗੀਆਂ ਇਸ ਜਨਮ ਚ ਆਣ ਕੇ ਨਿਭਾ ਪਿਛਲੇ ਜਨਮ ਦੀਆਂ ਲੱਗੀਆਂ ਇਸ ਜਨਮ ਚ ਆਣ ਕੇ ਨਿਭਾ ਹਾਂ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੋ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੋ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੋ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੋ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੋ ਇੱਕ ਵਾਰੀ ਚੱਲ ਕੇ ਤੂੰ ਆ ਪੰਜਵੇਂ ਗੁਰੂ ਜੀ ਤੈਨੂੰ ਆਖਦੇ ਪਹਿਲੋ ਇੱਕ ਵਾਰੀ ਚੱਲ ਕੇ ਤੂੰ ਆ ਪੰਜਮ ਪਾਤਸ਼ਾਹ ਦਾ ਸੁਨੇਹਾ ਲੈ ਕੇ ਗੁਰਸਿੱਖ ਆਇਆ ਕਹਿੰਦਾ ਭਾਈ ਬਹਿਲੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੈਨੂੰ ਸੱਦਾ ਭੇਜਿਆ ਵੀ ਇੱਕ ਵਾਰੀ ਚੱਲ ਕੇ ਤੇ ਆ ਅੰਮ੍ਰਿਤਸਰ ਸਾਹਿਬ ਜਿਹੜੇ ਭਰਮਾਂ ਦੇ ਵਿੱਚ ਤੁਰਿਆ ਫਿਰਦਾ ਆ ਤੇਰਾ ਭਰਮ ਨਿਵਰਤ ਕਰੀਏ ਤੇ ਇਹ ਕੋਈ ਹੁਣ ਦੇ ਜਨਮ ਦਾ ਸਾਥ ਨਹੀਂ ਇਹ ਪੂਰਵਲੇ ਕਰਮਾਂ ਦਾ ਤੇਰਾ ਗੁਰੂ ਘਰ ਨਾਲ ਸਾਥ ਹੈ ਲੱਗਾ ਪਿਛਲੇ ਜਨਮਾਂ ਦਾ ਹੈ ਨਿਭਾਉਣ ਦੀ ਵਾਰੀ ਹੁਣ ਆਈ ਹੈ ਆਖੋ ਸਤਨਾਮ ਵਾਹਿਗੁਰੂ ਜੀ ਪਿਆਰਿਓ ਆਪਾਂ ਇਹ ਜਨਮ ਮਨੁੱਖ ਦਾ ਲੈ ਕੇ ਧਰਤੀ ਤੇ ਆਏ ਕੀ ਪਤਾ ਕਿੱਥੋਂ ਕਿੱਥੋਂ ਘੁੰਮਦੇ ਆਏ ਹੋ ਅਸੀਂ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਰਲ ਕੇ ਬੈਠੇ ਹਾਂ ਕੋਈ ਕਿਸੇ ਦਾ ਮਿੱਤਰ ਹੈ ਕੋਈ ਕਿਸੇ ਦਾ ਰਿਸ਼ਤੇਦਾਰ ਹੈ ਕੋਈ ਕਿਸੇ ਦਾ ਭੈਣ ਭਾਈ ਹੈ ਮਾਂ ਪਿਓ ਹੈ ਇਹ ਰਿਸ਼ਤੇਦਾਰੀਆਂ ਇਹ ਲੈਣ ਦੇਣ ਸਭ ਪੂਰਵਲੇ ਕਰਮਾਂ ਦੀ ਨਿਸ਼ਾਨੀ ਹੈ ਬਾਣੀ ਦਾ ਵਚਨ ਹੈ ਬਹੁਤ ਵਾਰ ਵਿਚਾਰਿਆ ਪੂਰਵ ਕਰਮ ਜਿਹੜੇ ਪਿਛਲੇ ਕਰਮ ਨੇ ਉਹ ਇਸ ਜਨਮ ਚ ਵੀ ਤੇਰਾ ਸਾਥ ਦਿੰਦੇ ਨੇ ਚੰਗੇ ਨੇ ਤੇ ਚੰਗਾ ਮਾੜੇ ਨੇ ਤੇ ਮਾੜਾ ਮਾਤ ਪਿਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ ਮਹਾਰਾਜ ਕਹਿੰਦੇ ਜਿੰਨੇ ਵੀ ਤੇਰੇ ਆਲੇ ਦੁਆਲੇ ਲੋਕ ਤੁਰੇ ਫਿਰਦੇ ਨੇ ਨਾ ਆਪਣੇ ਪਰਾਏ ਮਿੱਤਰ ਯਾਰ ਪਰਿਵਾਰ ਰਿਸ਼ਤੇਦਾਰ ਸਾਕ ਸੰਬੰਧੀ ਇਹ ਸਾਰੇ ਤੁਸੀਂ ਇੱਕ ਦੂਜੇ ਤੋਂ ਲੇਖਾ ਹੀ ਲੈਣ ਆਏ ਹੋਏ ਹੋ ਆਖੋ ਸਤਨਾਮ ਵਾਹਿਗੁਰੂ ਜੀ ਪਿਛਲੇ ਜਨਮਾਂ ਦਾ ਹੈ ਬੱਚੇ ਨੂੰ ਤਾਂ ਬੰਦਾ ਤਾਂ ਹੀ ਜਨਮ ਦਿੰਦਾ ਨਾ ਧਰਤੀ ਤੇ ਵੀ ਬੁਢੇਪੇ ਚ ਸਾਡਾ ਸਹਾਰਾ ਬਣੇ ਪਰ ਕਈ ਵਾਰੀ ਬੱਚਾ ਜਨਮਦਾ ਮਾਂ ਪੇ ਨੂੰ ਸਾਂਭਣਾ ਪੈ ਜਾਂਦਾ ਸਾਰੀ ਉਮਰ ਉਹ ਲੈਣ ਦੇਣ ਹੈ ਨਾ ਤੁਹਾਡਾ ਸਾਡੇ ਕਰਮਾਂ ਦਾ ਲੈਣ ਦੇਣ ਹੈ ਪੂਰਵਲੇ ਕਰਮਾਂ ਦਾ ਲੈਣ ਦੇਣ ਪੂਰਾ ਕਰਨ ਬੰਦਾ ਰਿਸ਼ਤੇਦਾਰ ਬਣ ਕੇ ਸਾਕ ਸੰਬੰਧੀ ਬਣ ਕੇ ਧੀ ਪੁੱਤਰ ਬਣ ਕੇ ਮਾਂ ਪਿਓ ਬਣ ਕੇ ਇਸ ਧਰਤੀ ਤੇ ਆਉਂਦਾ ਹੈ ਤੇ ਯਾਦ ਰੱਖੋ ਬਚਪਨ ਤੋਂ ਆਪਣੇ ਮਨ 'ਚ ਪਾਲ ਕੇ ਰੱਖੋ ਗੱਲ ਪੱਕੀ ਕਰਕੇ ਰੱਖੋ ਵੀ ਜੇ ਆਏ ਹਾਂ ਤੇ ਇੱਕ ਦਿਨ ਇੱਥੋਂ ਚਲੇ ਵੀ ਜਾਣਾ ਸਦਾ ਨਹੀਂ ਬਹਿਣਾ ਬੰਦਾ ਮਾਣ ਉਦੋਂ ਕਰਦਾ ਹੈ
ਬੰਦਾ ਹੰਕਾਰ ਵਿੱਚ ਉਦੋਂ ਆਉਂਦਾ ਹੈ ਜਦੋਂ ਇਹਨੂੰ ਮਰਨਾ ਭੁੱਲ ਜਾਂਦਾ ਹੈ। ਜਦੋਂ ਮਰਨਾ ਭੁੱਲਦਾ ਫਿਰ ਪਰਮਾਤਮਾ ਦੀ ਹੋਂਦ ਭੁੱਲਦੀ ਹੈ, ਝੂਠ ਬੋਲਦਾ, ਠੱਗੀਆਂ ਕਰਦਾ, ਚੋਰੀ ਯਾਰੀ ਕਰਦਾ। ਪਰ ਗੁਰਬਾਣੀ ਦਾ ਫੁਰਮਾਨ ਹੈ, ਚੋਰ ਜਾਰ ਜਵਾਰ ਪੀੜੇ ਕਹਾਣੀਆਂ, ਤਿੰਨਾਂ ਦੀ ਗੱਲ ਕੀਤੀ ਹੈ, ਚੋਰ ਬੰਦੇ ਦੀ, ਯਾਰੀ ਲਾਉਣ ਵਾਲੇ ਦੀ, ਤੇ ਜੁਆਰੀ ਬੰਦੇ ਦੀ, ਜੂਆ ਖੇਡਣ ਵਾਲੇ ਦੀ। ਚੋਰ ਯਾਰ ਜੁਆਰ ਪੀੜੇ ਕਹਾਣੀਆਂ, ਉਹਦੇ ਕਰਮ ਉਹਨੂੰ ਪੀੜਦੇ ਨੇ। ਫਿਰ ਕੀਤੇ ਹੋਏ ਆਖੋ ਸਤਨਾਮ। ਗੁਰੂ ਜੀ ਮਹਾਰਾਜ ਕਹਿੰਦੇ ਪ੍ਰੇਮ ਪਾਉਣਾ ਗੁਰੂ ਚਰਨਾਂ ਨਾਲ ਪਾ। ਭਾਈ ਬਹਿਲੋ ਜੀ ਜਦੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵੱਲ ਦਾ ਸੱਦਾ ਮਿਲਿਆ ਦੂਜੀ ਵਾਰੀ, ਆਪਣੇ ਬਠਿੰਡੇ ਤੋਂ ਚੱਲੇ, ਪਰ ਡਰਦੇ ਡਰਦੇ ਜਾਂਦੇ ਨੇ ਵੀ ਹੋ ਸਕਦਾ ਹੈ ਰਸਤੇ ਵਿੱਚ ਮੇਰਾ ਪੀਰ, ਮੇਰੇ ਮੁਰੀਦ ਮੈਨੂੰ ਤੰਗ ਕਰਨ, ਵੀ ਆਪ ਪੀਰ ਹੋ ਕੇ ਇੱਕ ਦੂਜੇ ਗੁਰੂ ਦੇ ਚਰਨਾਂ ਤੇ ਝੁਕਣ ਚੱਲੇ ਆ। ਡਰਦਾ ਡਰਦਾ ਤੁਰਿਆ ਆਉਂਦਾ ਹੈ, ਇਤਿਹਾਸ ਵਿੱਚ ਜ਼ਿਕਰ ਹੈ ਵੀ ਚੱਲਦਾ ਆਉਂਦਾ, ਸੋਚਦਾ ਆਉਂਦਾ, ਪਰ ਕੋਈ ਹਾਨੀ ਨਹੀਂ। ਤਾਤੀ ਵਾਓ ਨਾ ਲੱਗਈ ਪਾਰ, ਬ੍ਰਹਮ ਸਰਨਾਈ ਚੌਗਿਰਦ ਹਮਾਰੇ, ਦੁੱਖ ਲੱਗੇ ਨਾ ਭਾਈ। ਜੇ ਤੁਹਾਡੇ ਵੱਲ ਗੁਰੂ ਹੈ ਨਾ ਪਿਆਰਿਓ, ਪੜਿਓ ਸਾਰੇ ਜਾਣੇ ਜੀ, ਤੱਤੀ ਵਾਵੀ ਲੱਗਣ ਨਾ ਦੇਵੇ, 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 ਤੱਤੀ ਵਾਵੀ ਤੱਤੀ ਵਾਵੀ ਲੱਗਣ ਨਾ ਦੇਵੇ, ਤੱਤੀ ਵਾਵੀ ਲੱਗਣ ਨਾ ਦੇਵੇ, ਤੱਤੀ ਵਾਵੀ ਲੱਗਣ ਨਾ ਦੇਵੇ, ਤੱਤੀ ਵਾਵੀ ਲੱਗਣ ਨਾ ਆਪ ਵਾਹਿਗੁਰੂ, ਜਿਨ੍ਹਾਂ ਦਾ ਰਾਖਾ ਜੀ ਆਪ ਵਾਹਿਗੁਰੂ, ਆਪ ਵਾਹਿਗੁਰੂ, ਜਿਨ੍ਹਾਂ ਦਾ ਰਾਖਾ ਜੀ ਆਪ ਵਾਹਿਗੁਰੂ, ਜਿਨ੍ਹਾਂ ਦਾ ਰਾਖਾ ਜੀ ਆਪ ਵਾਹਿਗੁਰੂ, ਜਿਨ੍ਹਾਂ ਦਾ ਰਾਖਾ ਜੀ ਆਪ ਵਾਹਿਗੁਰੂ, ਤੱਤੀ ਵਾਵੀ ਲੱਗਣ ਨਾ ਦੇਵੇ, ਤੱਤੀ ਵਾਵੀ ਲੱਗਣ ਨਾ ਦੇਵੇ, ਤੱਤੀ ਵਾਵੀ ਲੱਗਣ ਨਾ ਦੇਵੇ, ਤੱਤੀ ਵਾਵੀ ਲੱਗਣ ਨਾ ਉਹ ਤੱਤੀ ਵਾਰ ਨਹੀਂ ਲੱਗਣ ਦਿੰਦਾ। ਦਾਦੀ ਵਾਓ ਨਾ ਲੱਗਈ ਪਾਰ, ਬ੍ਰਹਮ ਸਰਣਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪ ਸੱਦਾ, ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਸੱਦਾ ਭੇਜਿਆ।
ਤੇ ਭਾਈ ਬਹਿਲੋ ਜੀ ਦਾ ਬਾਲ ਬਿੰਗਾ ਕਿਵੇਂ ਹੁੰਦਾ ਜੀ? ਆਖੋ ਸਤਨਾਮ ਜੀ ਵਾਹਿਗੁਰੂ ਜੀ। ਭਾਈ ਬਹਿਲੋ ਜੀ ਬਠਿੰਡੇ ਤੋਂ ਚੱਲੇ, ਚੱਲਦਿਆਂ 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 ਜਦੋਂ ਆ ਕੇ ਦਰਿਆ ਪਾਰ ਕੀਤਾ ਨਾ ਹਰੀ ਕੇ ਪੱਤਣ ਤੋਂ, ਜਦੋਂ ਆ ਕੇ ਦਰਿਆ ਪਾਰ ਕਰ ਲਿਆ ਕੁਛ ਨਹੀਂ ਹੋਇਆ, ਕੋਈ ਵੀ ਕਿਸੇ ਗੁਪਤ ਰੂਹ ਨੇ ਉਹਨੂੰ ਤੰਗ ਨਹੀਂ ਕੀਤਾ। ਜਿਹੜਾ ਹਰੇ ਰੰਗ ਦਾ ਬਾਣਾ ਪਾਉਂਦਾ ਹੁੰਦਾ ਸੀ ਨਾ, ਨਜੂਮੀਆਂ ਬਣਦਾ ਸੀ, ਸੁਲਤਾਨੀਆਂ ਬਣਦਾ ਸੀ, ਪੀਰ ਬਣਿਆ ਸੀ, ਜਦੋਂ ਦਰਿਆ ਟੱਪ ਗਿਆ ਕਿ ਕੋਈ ਬਾਲ ਵੀ ਬਿੰਗਾ ਨਹੀਂ ਹੋਇਆ, ਤੇ ਭਾਈ ਬਹਿਲੋ ਨੇ ਪਹਿਲਾਂ ਉਹ ਬਾਣਾ ਲਾ ਕੇ ਜਲ ਪ੍ਰਵਾਹ ਕੀਤਾ। ਆਖੋ ਸਤਨਾਮ ਵਾਹਿਗੁਰੂ ਜੀ। ਪਹੁੰਚਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਤੇ ਭਾਈ ਬਹਿਲੋ ਜੀ ਨੇ ਜਾ ਕੇ ਜਦੋਂ ਜਾ ਨਮਸਕਾਰ ਕੀਤੀ, ਮੱਥਾ ਟੇਕਿਆ, ਮਹਾਰਾਜ ਜੀ ਦੇ ਦਰਸ਼ਨ ਕੀਤੇ, ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਨਾ ਜਾ ਕੇ ਪਿਆਰਿਓ, ਜਿਹੜੀ ਮਨ ਦੀ ਟਿਕਾਓ ਤੇ ਸ਼ਾਂਤੀ ਲੱਭਦਾ ਸੀ, ਉਹ ਅੱਜ ਗੁਰੂ ਅਰਜਨ ਦੇਵ ਮਹਾਰਾਜ ਦੇ ਚਿਹਰੇ ਤੋਂ ਦਰਸ਼ਨ ਕਰਕੇ ਉਹ ਮਨ ਦਾ ਟਿਕਾ ਦਰਸ਼ਨਾਂ ਨਾਲ ਹੀ ਮਿਲ ਗਿਆ। ਸਾਧ ਕੇ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਰੱਬ ਦੇ ਪਿਆਰੇ ਦੇ ਦਰਸ਼ਨ ਕਰਕੇ ਹੀ ਮਨ ਨੂੰ ਠੰਡ ਪੈ ਜਾਏ, ਉਹ ਬੰਦਗੀ ਵਾਲੀ ਰੂਹ ਦੀ ਨਿਸ਼ਾਨੀ ਹੈ। ਜਦੋਂ ਜਾ ਕੇ ਦਰਸ਼ਨ ਕੀਤੇ, ਨਮਸਕਾਰ ਕੀਤੀ, ਖੁੱਲੇ ਨੈਣ ਤੇ ਗਿਆ ਨਾ ਚੱਲਿਆ। ਜਦੋਂ ਨੈਣ ਖੋਲ ਕੇ ਮਹਾਰਾਜ ਦੇ ਚਿਹਰੇ ਵੱਲ ਤੱਕਿਆ, ਗੁਰੂ ਅਰਜਨ ਦੇਵ ਮਹਾਰਾਜ ਦੇ, ਜਦੋਂ ਮਹਾਰਾਜ ਦੇ ਚਿਹਰੇ ਵੱਲ ਤੱਕਦਾ ਹੈ ਭਾਈ ਬਹਿਲੋ ਜੀ, ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ ਖੁੱਲੇ ਨੈਣ ਕਾਲੀ ਜੋਤ ਦਾ ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਦਾ ਵਾ 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 ਜੀ, ਨੂਰ ਨਿਰੰਕਾਰੀ ਜੋਤ ਦਾ ਮੇਰੇ ਪਿਆਰੇ, ਨੂਰ ਨਿਰੰਕਾਰੀ ਜੋਤ ਦਾ ਵਾ 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 ਵਾ, ਨੂਰ ਨਿਰੰਕਾਰੀ ਜੋਤ ਦਾ ਮੇਰੇ ਪਿਆਰੇ, ਨੂਰ ਨਿਰੰਕਾਰੀ ਜੋਤ ਦਾ ਵਾ 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 ਵਾ, ਨੂਰ ਨਿਰੰਕਾਰੀ ਜੋਤ ਦਾ ਮੇਰੇ ਪਿਆਰੇ, ਨੂਰ ਨਿਰੰਕਾਰੀ ਜੋਤ ਦਾ ਵਾ 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 ਜੀ, ਨੂਰ ਨਿਰੰਕਾਰੀ ਜੋਤ ਦਾ ਮੇਰੇ
ਪਿਆਰੇ ਨੂਰ ਨਿਰੰਕਾਰੀ ਜੋਤ ਨਾ ਪਿਆਰੇ ਕਾਰੀ ਜੋਤ ਦਾ ਭੁੱਲੇ ਨੈਣ ਤੇ ਗਿਆ ਨਾ ਚੱਲਿਆ ਨੂਰ ਨਿਰਕਾਰੀ ਜੋਤ ਦਾ ਭੁੱਲੇ ਨੈਣ ਤੇ ਗਿਆ ਨਾ ਚੱਲਿਆ ਨੂਰ ਨਿਰਕਾਰੀ ਜੋਤ ਦਾ ਭੁੱਲੇ ਨੈਣ ਤੇ ਗਿਆ ਨਾ ਚੱਲਿਆ ਨੂਰ ਨਿਰਕਾਰੀ ਜੋਤ ਦਾ ਭੁੱਲੇ ਨੈਣ ਤੇ ਗਿਆ ਜਦੋਂ ਦਰਸ਼ਨ ਕੀਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਿਹਰੇ ਨੇ ਉਹ ਨੂਰ ਝੱਲਿਆ ਨਹੀਂ ਜਾਂਦਾ ਤੇ ਜਿਹੜੀ ਸ਼ਾਂਤੀ ਛਿਲੇ ਕਰਕੇ ਨਹੀਂ ਮਿਲੀ ਚਲੀਸੇ ਕਰਕੇ ਨਹੀਂ ਮਿਲੀ ਉਹ ਸ਼ਾਂਤੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਹਿਲੇ ਦਰਸ਼ਨਾਂ ਨੇ ਮਨ ਨੂੰ ਠੰਡ ਦੇ ਦਿੱਤੀ ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਭਾਈ ਬਹਿਲੋ ਜੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ ਮਹਾਰਾਜ ਮੇਰੇ ਲਈ ਕੀ ਹੁਕਮ ਹੈ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ ਬਹਿਲੋ ਜੀ ਪਹਿਲਾਂ ਸੇਵਾ ਕਰੋ ਗੁਰੂ ਘਰ ਦੇ ਵਿੱਚ ਉਹੀ ਪ੍ਰਵਾਨ ਹੈ ਜਿਹੜਾ ਸੇਵਾਦਾਰ ਬਣ ਕੇ ਰਵੇ ਰਿਪੀਟ ਖਤਮ ਹੈ ਗੁਰੂ ਘਰ ਦੇ ਵਿੱਚ ਉਹੀ ਪ੍ਰਵਾਨ ਹੁੰਦਾ ਜਿਹੜਾ ਸੇਵਾਦਾਰ ਬਣ ਕੇ ਰਵੇ ਤੇ ਪਿਆਰੇ ਜਦੋਂ ਇਹ ਬਚਨ ਕੀਤਾ ਨਾ ਕਿ ਮਹਾਰਾਜ ਨੇ ਵੀ ਭਾਈ ਬਹਿਲੋ ਪਹਿਲਾਂ ਸੇਵਾ ਕਰ ਮਹਾਰਾਜ ਕੀ ਸੇਵਾ ਕਰਾਂ ਮਹਾਰਾਜ ਨੇ ਭਾਈ ਬਹਿਲੋ ਜੀ ਦੀ ਡਿਊਟੀ ਲਾਈ ਕਿ ਜਿਹੜੇ ਆਵੇ ਪੱਕਦੇ ਨੇ ਨਾ ਉਹ ਆਵਿਆਂ ਨੂੰ ਪਕਾਉਣ ਦੀ ਸੇਵਾ ਤੁਸੀਂ ਕਰਨੀ ਹੈ ਸਰੋਵਰ ਨੂੰ ਪੱਕਿਆਂ ਕਰਨ ਦੀ ਸੇਵਾ ਹੁੰਦੀ ਸੀ ਉਹਦੇ ਵਾਸਤੇ ਆਵੇ ਪੱਕਦੇ ਸੀ ਆਵੇ ਪਕਾਉਣ ਦੀ ਸੇਵਾ ਗੁਰਸਿੱਖ ਆਪ ਕਰਦੇ ਸੀ ਇੱਟਾਂ ਪਕਾਉਣ ਦਾ ਕੰਮ ਭਾਈ ਬਹਿਲੋ ਜੀ ਨੇ ਗੁਰਮੁਖੋ ਬਾਲਣ ਇਕੱਠਾ ਕਰਨਾ ਆਵਿਆਂ ਚ ਪਾਉਣ ਵਾਸਤੇ ਭਾਈ ਬਹਿਲੋ ਜੀ ਨੇ ਖੇਤਾਂ ਵਿੱਚ ਪੈਲੀਆਂ ਵਿੱਚ ਜਾ ਕੇ ਜਦੋਂ ਚੱਕ ਕੇ ਬਾਲਣ ਦੇ ਰੂਪ ਚ ਗੁਰਮੁਖੋ ਗੋਬਰ ਕਹਿ ਲਓ ਆਪਾਂ ਪਾਥੀਆਂ ਕਹਿੰਦੇ ਪਿੰਡਾਂ ਦੇ ਵਿੱਚ ਉਹ ਬਣਾ ਬਣਾ ਕੇ ਆਵਿਆਂ ਦੇ ਵਿੱਚ ਪਾਉਣੀਆਂ ਇੰਨੀ ਭਾਵਨਾ ਤੇ ਇੰਨਾ ਆਪਣਾ ਆਪ ਨਿਮਰਤਾ ਦੇ ਵਿੱਚ ਰੱਖਿਆ ਉਹ ਸਭ ਕੁਝ ਭੁੱਲ ਗਿਆ ਕਿ ਮੈਨੂੰ ਲੋਕ ਨਮਸਕਾਰਾਂ ਕਰਦੇ ਸੀ ਮੈਨੂੰ ਲੋਕ ਸਤਿਕਾਰ ਦਿੰਦੇ ਸੀ ਅੱਜ ਇੱਕ ਸੇਵਾਦਾਰ ਬਣ ਕੇ ਗੁਰੂ ਚਰਨਾਂ ਦੇ ਵਿੱਚ ਆ ਕੇ ਸੇਵਾ ਕਰਦੇ ਆ ਭਾਈ ਬਹਿਲੋ ਜੀ ਤੇ ਜਿਹੜੀ ਸੇਵਾ ਕਰਦੇ ਆ ਉਹ ਜਣਾਉਂਦੇ ਨਹੀਂ ਵੀ ਮੈਂ ਸੇਵਾ ਕਰ ਰਿਹਾ ਕਦੇ ਕਿਸੇ ਨੂੰ ਕਿਸੇ ਦੇ ਸਿਰ ਨਹੀਂ ਆਉਣਾ ਕਦੇ ਕਿਸੇ ਦੀ ਬਚਨ ਅਪਸ਼ਬਦ ਨਹੀਂ ਬੋਲਣਾ ਕਿਉਂਕਿ ਗੁਰਮੁਖ ਦੀ ਨਿਸ਼ਾਨੀ ਆ ਪਿਆਰਿਓ ਫਰੀਦਾਪੁਰੇ ਦਾ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ ਮਹਾਰਾਜ ਕਹਿੰਦੇ ਨੇ ਜੇ ਚਾਹੁੰਦਾ ਹੈ ਨਾ ਗੁਰੂ ਘਰ ਚੋਂ ਕੁਝ ਪ੍ਰਾਪਤ ਕਰਨਾ ਇੱਕ ਗੱਲ ਯਾਦ ਰੱਖੀ ਜ਼ਿੰਦਗੀ ਚ ਬਾਬਾ ਫਰੀਦ ਸਾਹਿਬ ਜੀ ਦੀ ਫਰੀਦਾਪੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ
ਆਸਾ ਮਨ ਨਾ ਹੰਡਾਈ, ਦੇਹੀ ਰੋਗ ਨਾ ਲੱਗਈ ਪੱਲੇ, ਸਭ ਕਿਛੁ ਪਾਈ। ਮਨ ਨੀਵਾਂ ਇੰਨਾ ਹੋ ਗਿਆ ਭਾਈ ਬਹਿਲੋ ਜੀ ਦਾ, ਕਦੇ ਸੇਵਾ ਕਰਕੇ ਕਿਸੇ ਦੇ ਸਿਰ ਨਹੀਂ ਸੀ ਆਉਂਦੇ ਵੀ ਮੈਂ ਕੀਤੀ ਹੈ, ਮੈਂ ਕਰ ਰਿਹਾ, ਮੈਂ ਕਰਾਂਗਾ, ਮੇਰੇ ਤੋਂ ਬਿਨਾਂ ਇਹ ਸੇਵਾ ਹੋ ਨਹੀਂ ਸਕਦੀ, ਇੱਦਾਂ ਦੀ ਕੋਈ ਭਾਵਨਾ ਨਹੀਂ। ਤੇ ਇਹਨਾਂ ਸਾਖੀਆਂ ਤੋਂ ਸਿੱਖਿਆ ਇਹੀ ਮਿਲਦੀ ਹੁੰਦੀ ਹੈ ਭਾਈ ਕਿ ਸੇਵਾ ਜਿੰਨੀ ਮਰਜ਼ੀ ਗੁਰੂ ਘਰ 'ਚ ਕਰੋ, ਕਿਤੇ ਵੀ ਕਰੋ, ਸਮਾਜ ਵਿੱਚ ਕਰੋ, ਪਰ ਮਨ ਕਰਕੇ ਉੱਥੇ ਨੀਵੇਂ ਰਹਿਣਾ ਚਾਹੀਦਾ। ਭਾਈ ਬਹਿਲੋ ਜੀ ਦਿਨ ਰਾਤ ਸੇਵਾ ਕਰਦੇ ਨੇ, ਇੱਕ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਿੰਨੇ ਵੀ ਸਿੱਖਾਂ ਨੇ ਆਵੇ ਲਾਏ ਨੇ ਨਾ, ਸਾਰਿਆਂ ਦੇ ਆਵੇ ਦੇਖਣ ਵਾਸਤੇ ਆਏ ਵੀ ਕਿਹਦੀ ਜ਼ਿਆਦਾ ਚੰਗੀ ਤਰ੍ਹਾਂ ਇੱਟ ਬਣੀ ਹੋਈ ਹੈ, ਕਿਹਦੇ ਆਵੇ ਜ਼ਿਆਦਾ ਤਰ੍ਹਾਂ ਚੰਗੀ ਤਰ੍ਹਾਂ ਪੱਕੇ ਨੇ। ਜਦੋਂ ਮਹਾਰਾਜ ਆਵੇ ਦੇਖਣ ਵਾਸਤੇ ਆਏ, ਜਿੰਨਿਆਂ ਨੇ ਸੰਗਤਾਂ ਨੇ ਉੱਥੇ ਸੇਵਾ ਕੀਤੀ, ਮਹਾਰਾਜ ਨੇ ਪਹਿਲਾਂ ਆਵਾ ਦੇਖਿਆ, ਕਹਿੰਦੇ ਬੜਾ ਵਧੀਆ ਪੱਕਿਆ, ਮਹਾਰਾਜ ਮੈਂ ਮਿਹਨਤ ਬਹੁਤ ਕੀਤੀ। ਆਖੋ ਸਤਨਾਮ। ਦੂਜੇ ਸਿੱਖ ਦੇ ਆਵੇ ਕੋ ਜਾ ਕੇ ਮਹਾਰਾਜ ਕਹਿੰਦੇ ਬੜਾ ਚੰਗਾ ਬਣਿਆ, ਮਹਾਰਾਜ ਅਸੀਂ ਬਹੁਤ ਚੰਗੀ ਤਰ੍ਹਾਂ ਮਿਹਨਤ ਕੀਤੀ। ਜਦੋਂ ਤੀਜੇ ਥਾਂ ਗਏ ਭਾਈ ਬਹਿਲੋ ਜੀ ਦਾ ਆਵਾ, ਮਹਾਰਾਜ ਕਹਿੰਦੇ ਇਸ ਆਵੇ ਦੀ ਇੱਟ ਬਹੁਤ ਲਾਲ ਹੈ, ਬੜੀ ਵਧੀਆ ਪੱਕੀ ਵੀ ਹੈ। ਤੇ ਭਾਈ ਬਹਿਲੋ ਨੇ ਪਿੱਛੇ ਹੋ ਕੇ ਖੜਾ ਸਾਰਿਆਂ ਦੇ, ਹੁਣ ਕਿਹਾ ਹੀ ਨਹੀਂ ਮਹਾਰਾਜ ਇਹ ਮੈਂ ਕੀਤਾ। ਆਖੋ ਸਤਨਾਮ। ਵਾਹਿਗੁਰੂ ਜੀ, ਬੋਲਿਆ ਹੀ ਨਹੀਂ ਮਹਾਰਾਜ, ਕਹਿੰਦੇ ਕਿਸੇ ਦੀ ਆਵਾਜ਼ ਨਹੀਂ ਆਈ ਭਾਈ ਇਹ ਆਵਾ ਕਿਹਦਾ ਹੈ। ਤੇ ਉਸ ਵੇਲੇ ਫਿਰ ਜ਼ਿਕਰ ਕੀਤਾ ਭਾਈ ਬਹਿਲੋ ਜੀ ਦਾ ਬਾਕੀ ਸਿੱਖਾਂ ਨੇ ਕਿ ਮਹਾਰਾਜ ਇਹ ਆਵਾ ਭਾਈ ਬਹਿਲੋ ਜੀ ਦਾ ਹੈ। ਤੇ ਮਹਾਰਾਜ ਕਹਿੰਦੇ ਭਾਈ ਬਹਿਲੋ ਕਿੱਥੇ ਹੈ? ਉਹ ਸੰਗਤਾਂ ਦੇ ਪਿੱਛੇ ਖੜਾ ਸਾਰੇ ਸੇਵਾਦਾਰਾਂ ਦੇ, ਮਹਾਰਾਜ ਕਹਿੰਦੇ ਪਿੱਛੇ ਅੱਗੇ ਆ ਭਾਈ ਬਹਿਲੋ। ਸਭ ਤੋਂ ਪਹਿਲਾਂ ਆਖੋ ਸਤਨਾਮ। ਪਿੱਛੇ ਰਹਿ ਕੇ ਸੇਵਾ ਕੀਤੀ, ਅੱਗੇ ਆ ਗਿਆ ਸਭ ਤੋਂ, ਆਪਣਾ ਆਪ ਕਦੇ ਨਹੀਂ ਸੀ ਜਣਾਇਆ, ਆਪਣੇ ਮਨ ਨੂੰ ਨੀਵਾਂ ਰੱਖ ਕੇ ਤੁਰਿਆ। ਇਹ ਨਹੀਂ ਮਹਾਰਾਜ ਨੂੰ ਕਿਹਾ ਮਹਾਰਾਜ ਮੈਂ ਸੇਵਾ ਕੀਤੀ ਹੈ। ਜਦੋਂ ਬੰਦਾ ਇਹ ਕੰਮ ਕਰਦਾ ਨਾ ਵੀ ਮੈਂ ਕਰਾਂਗਾ ਮੈਂ ਕੀਤਾ, ਤੁਸੀਂ ਜਦੋਂ ਨਿਤਨੇਮ ਵੀ ਕਰਦੇ ਹੋ, ਗੁਰੂ ਘਰ 'ਚ ਸੇਵਾ ਵੀ ਕਰਦੇ ਹੋ, ਇਹ ਵਚਨ ਕਰਿਆ ਕਰੋ ਗੁਰੂ ਸਾਹਿਬ ਕਰਾ ਰਹੇ ਨੇ। ਆਖੋ ਸਤਨਾਮ। ਜਦੋਂ ਇਹ ਕਹੋਗੇ ਨਾ ਮੈਂ 2:30 ਵਜੇ ਉੱਠ ਕੇ ਨੇਮ ਕਰਦਾ, ਟੁੱਟ ਜਾਊਗਾ। ਜਦੋਂ ਮੈਂ ਦਾ ਖਿਲਾਰਾ ਪੈ ਜਾਊ ਨਾ ਅੰਦਰ, ਮੈਂ ਦੋ ਤਰ੍ਹਾਂ ਦੀ ਹੁੰਦੀ ਹੈ, ਮੈਂ ਇਹ ਵੀ ਬੇਨਤੀ ਆਪ ਜੀ ਨੂੰ ਕਰਨੀ ਚਾਹੁੰਦਾ। ਮਹਾਰਾਜ ਨੇ ਵੀ ਮੈਂ ਦੀ ਗੱਲ ਕੀਤੀ ਹੈ ਬਾਣੀ 'ਚ, ਮਹਾਰਾਜ ਕਹਿੰਦੇ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ। ਮੈਂ ਸ਼ਬਦ ਤੇ ਉੱਥੇ ਵੀ ਹੈ, ਪਰ ਮੈਂ ਦੇ ਪਿੱਛੇ ਕੀ ਹੈ? ਮੈਂ ਮੂਰਖ, ਇਹ ਨਹੀਂ ਕਿਹਾ ਵੀ ਮੇਰੇ ਵਰਗਾ ਕੋਈ ਨਹੀਂ। ਆਖੋ ਸਤਨਾਮ। ਵਾਹਿਗੁਰੂ ਜੀ। ਇੱਕ ਬੇਨਤੀ ਹੋਰ ਕਰਦਾ ਹੈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ। ਰੋਜ਼ ਪੜ੍ਹਦੇ ਹੋ ਬਾਣੀ 'ਚ ਰਹਿ ਰਾਜ ਸਾਹਿਬ ਦੇ ਵਿੱਚ, ਉੱਥੇ ਵੀ ਮੈਂ ਸ਼ਬਦ ਹੈ, ਪਰ ਉਹਦੇ ਮਗਰ ਕੀ ਹੈ? ਮੈਂ ਨਿਰਗੁਣਿਆਰੇ, ਮਹਾਰਾਜ ਮੈਂ ਨਿਰਗੁਣਿਆ, ਮੇਰੇ 'ਚ ਗੁਣ ਕੋਈ ਨਹੀਂ। ਆਖੋ ਸਤਨਾਮ। ਵਾਹਿਗੁਰੂ ਜੀ। ਇਹ ਮੈਂ ਵਿੱਚ ਹੰਕਾਰ ਨਹੀਂ, ਮੈਂ ਵਿੱਚ ਕਿਹੜੀ 'ਚ ਹੰਕਾਰ ਹੁੰਦਾ ਹੈ? ਮੈਂ ਕੀਰਤਨ ਕਰ ਰਿਹਾ, ਮੇਰੇ ਵਰਗਾ ਕੋਈ ਕਰ ਹੀ ਨਹੀਂ ਸਕਦਾ।
ਇਹ ਮਾੜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮੈਂ ਮੂਰਖਾਂ ਆਉਂਦਾ ਜਾਂਦਾ ਕੁਝ ਨਹੀਂ, ਗੁਰੂ ਸਾਹਿਬ ਆਪ ਕਰਾ ਰਹੇ ਨੇ। ਉਹ ਮੈਂ ਤੇ ਉਹ ਮੈਂ ਦੇ ਵਿੱਚ ਫਰਕ ਪੈ ਜਾਂਦਾ। ਮਾਣ ਨਹੀਂ ਕਰਨਾ, ਮਾਣ ਵਾਲੀ ਮੈਂ ਅੰਦਰ ਨਹੀਂ ਆਉਣੀ ਚਾਹੀਦੀ। ਤੇ ਕਈ ਵਾਰੀ ਬੰਦਾ ਮੈਂ ਕਹਿਣੋ ਝਿਜਕਦਾ, ਕਹਿੰਦਾ ਦਾਸ ਦਾਸ ਇੱਦਾਂ ਜੀ, ਦਾਸ ਉੱਦਾਂ ਜੀ, ਭੜਕਦਾ ਉਹ ਸਾਰਿਆਂ ਤੋਂ ਜ਼ਿਆਦਾ ਹੁੰਦਾ। ਆਖੋ ਸਤਨਾਮ ਵਾਹਿਗੁਰੂ ਜੀ। ਕਹਿਣ ਨੂੰ ਦਾਸ ਹੁੰਦਾ ਜਦੋਂ ਮਾੜਾ ਜਿਹਾ ਛੇੜੋ। ਭਾਈ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਲਿਆ ਸੀ ਨਾ ਭਾਈ ਸੁਥਰਾ, ਉਹ ਬਾਰਾਮੁੱਲੇ ਸ਼੍ਰੀਨਗਰ ਦੀ ਧਰਤੀ ਤੋਂ, ਕਸ਼ਮੀਰ ਦੀ ਧਰਤੀ ਤੋਂ ਚੱਕ ਕੇ, ਬਾਰਾਮੁੱਲੇ ਦੀ ਧਰਤੀ ਤੋਂ ਚੱਕ ਕੇ ਭਾਈ ਸੁਥਰੇ ਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਲਿਆ। ਨਵ ਜੰਮਿਆ ਬੱਚਾ ਘਰਦਿਆਂ ਨੇ ਰੂੜੀ ਤੇ ਸਿੱਟਦਾ, ਗੰਦਗੀ ਤੇ ਸਿੱਟਦਾ। ਜਨਮ ਹੋਇਆ ਜਦੇ ਹੀ ਸਿੱਟਦਾ, ਪੰਡਿਤ ਨੇ ਕਹਿਤਾ ਕਿ ਤੁਹਾਡੇ ਘਰ ਜਿਹੜਾ ਪੁੱਤ ਪੈਦਾ ਹੋਇਆ ਇਹਦੇ ਜੰਮਦੇ ਦੇ ਮੂੰਹ ਚ ਦੰਦ ਨੇ, ਇਹ ਖੁਥਰਾ ਹੈ, ਇਹਨੂੰ ਤੁਸੀਂ ਬਾਹਰ ਸੁੱਟ ਦਿਓ ਨਹੀਂ ਤੇ ਤੁਹਾਡੀ ਕੁੱਲ ਦਾ ਨਾਸ ਕਰ ਦੂਗਾ। ਠੰਡ ਦੇ ਵਿੱਚ ਬਾਰਾਮੁੱਲੇ ਦੇ ਢੇਰਾਂ ਤੇ ਨਵ ਜੰਮਿਆ ਬੱਚਾ ਸੁਥਰੇ ਸ਼ਾਹ, ਜਿਹਦਾ ਨਾਮ ਖੁਥਰਾ ਕਹਿਤਾ ਸੀ ਕੁੱਲ ਗੁਰੂ ਨੇ ਵੀ ਇਹ ਖੁਥਰਾ ਹੈ, ਇਹਦੇ ਜੰਮਦੇ ਦੇ ਮੂੰਹ ਚ ਦੰਦ ਨੇ, ਇਹ ਤੁਹਾਡੀ ਕੁੱਲ ਨਾਸ ਕਰ ਦੂਗਾ। ਪਰ ਪਿਆਰਿਓ ਉਹ ਸਿੱਟ ਕੇ ਬਾਹਰ ਗੰਦਗੀ ਦੀਆਂ ਰੂੜੀਆਂ ਤੇ, ਉਧਰੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ ਤੇ ਲਾਗੇ ਆਉਂਦੀ ਲੰਘ ਰਹੇ ਨੇ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸ ਕਬੈ ਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਦੀ ਲੰਘ ਰਹੇ ਨੇ, ਬੱਚੇ ਦੇ ਰੋਣ ਦੀ ਆਵਾਜ਼ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੰਨਾਂ 'ਚ ਪਈ। ਮਹਾਰਾਜ ਨੇ ਘੋੜਾ ਰੋਕਿਆ, ਨਾਲ ਸੇਵਾਦਾਰਾਂ ਨੂੰ ਰੋਕਿਆ, ਕਹਿੰਦੇ ਭਾਈ ਸਿੱਖੋ ਵੇਖੋ ਇੱਥੋਂ ਕਿਤਿਓ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ। ਮੈਂ ਪ੍ਰੇਮ ਦੀ ਗੱਲ ਕਰਨ ਲੱਗਿਆ ਤੁਹਾਡੇ ਨਾਲ ਵਿੱਚੇ ਹੀ ਇਸ ਦੇ, ਭਾਈ ਬਹਿਲੋ ਜੀ ਦੀ ਸਾਖੀ ਤੋਂ ਮੈਂ ਦੋ ਮਿੰਟ ਲੈ ਰਿਹਾ। ਕਹਿੰਦੇ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਹੈ, ਵੇਖੋ ਕਿੱਥੋਂ ਆਉਂਦੀ ਹੈ। ਸਿੱਖਾਂ ਨੇ ਵੇਖਿਆ ਇੱਕ ਨਵ ਜੰਮਿਆ ਬੱਚਾ ਰੂੜੀਆਂ ਦੇ ਉੱਤੇ ਪਿਆ ਰੋ ਰਿਹਾ। ਜਦੋਂ ਰੋਂਦਾ ਹੈ, ਬੱਚਾ ਚੁੱਕ ਕੇ ਲਿਆ ਕੇ ਮਹਾਰਾਜ ਦੇ ਸਾਹਮਣੇ ਹਾਜ਼ਰ ਕੀਤਾ। ਮਹਾਰਾਜ ਆ ਬੱਚਾ ਕੋਈ ਰੂੜੀਆਂ ਤੇ ਸਿੱਟ ਗਿਆ। ਮਹਾਰਾਜ ਨੇ ਆਪਣੇ ਹੱਥਾਂ ਵਿੱਚ ਲਿਆ ਉਸ ਭਾਈ ਖੁਥਰੇ ਨੂੰ, ਤੇ ਜਦੋਂ ਹੱਥਾਂ ਦੇ ਵਿੱਚ ਲੈ ਲਿਆ ਬੱਚਾ, ਮਹਾਰਾਜ ਕਹਿੰਦੇ ਬਾਰਾਮੁੱਲੇ ਚ ਪਤਾ ਕਰੋ ਕਿਹਦਾ। ਸਿੱਖਾਂ ਨੇ ਪਤਾ ਕੀਤਾ, ਘਰ ਦੇ ਮੰਨ ਗਿਆ, ਕਹਿੰਦੇ ਸਾਡਾ। ਮਹਾਰਾਜ ਕਹਿੰਦੇ ਇਹਨੂੰ ਸੁੱਟਿਆ ਕਿਉਂ? ਕਹਿੰਦੇ ਜੀ ਇਹਦੇ ਜੰਮਦੇ ਦੇ ਮੂੰਹ ਚ ਦੰਦ ਨੇ, ਇਹ ਖੁਥਰਾ ਹੈ। ਸਾਡੇ ਕੁੱਲ ਗੁਰੂ ਨੇ ਕਿਹਾ ਵੀ ਜੇ ਤੁਹਾਡੇ ਘਰ ਰਹਿ ਗਿਆ ਇਹ ਤੁਹਾਡੀ ਕੁੱਲ ਦਾ ਨਾਸ ਕਰ ਦੂਗਾ, ਇਸ ਕਰਕੇ ਅਸੀਂ ਸੁੱਟਤਾ। ਮਹਾਰਾਜ ਕਹਿੰਦੇ ਇਹ ਪਾਪੀਆਂ ਨੂੰ ਹੁਣ ਇਹ ਬੱਚਾ ਨਹੀਂ ਦੇਣਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਕਹਿ ਕੇ ਉਸ ਬੱਚੇ ਦਾ ਇਸ਼ਨਾਨ ਕਰਾਇਆ। ਐਸੀ ਕੋਈ ਪੂਰਵਲੇ ਕਰਮਾਂ ਦੀ ਭਗਤੀ, ਚੂੜਾ ਭਰ ਕੇ ਜਲ ਦਾ, ਮਹਾਰਾਜ ਨੇ ਅੰਮ੍ਰਿਤ ਦਾ ਕਹਿ ਲਓ, ਜਲ ਦਾ ਕਹਿ ਲਓ, ਉਸ ਖੁਥਰੇ ਦੇ ਮੁੱਖ ਚ ਪਾ ਕੇ ਆਖਿਆ ਇਹ ਖੁਥਰਾ ਨਹੀਂ, ਇਹ ਸਾਡਾ ਸੁਥਰਾ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਇਹ ਗੁਰੂ ਘਰ ਦੇ ਵਿੱਚ ਸੇਵਾ ਕਰੇਗਾ। ਛੇਵੇਂ ਪਾਤਸ਼ਾਹ ਨੇ ਢੇਰਾਂ ਤੋਂ ਚੱਕਿਆ, ਛੇਵੇਂ ਪਾਤਸ਼ਾਹ, ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ, ਦਸਵੇਂ ਪਾਤਸ਼ਾਹ ਤੱਕ ਸੇਵਾ ਕੀਤੀ ਗੁਰੂ ਘਰ ਦੀ। ਆਖੋ ਸਤਨਾਮ ਵਾਹਿਗੁਰੂ ਜੀ। ਦਸਵੇਂ ਪਾਤਸ਼ਾਹ ਤੱਕ ਸ਼੍ਰੀ ਅਨੰਦਪੁਰ ਸਾਹਿਬ ਜਦੋਂ ਖਾਲਸਾ ਸਾਜਿਆ ਮਹਾਰਾਜ ਨੇ, ਤੇ ਆਪਣੇ ਮੂੰਹ ਨੂੰ ਕਾਲਕ ਮਲ ਕੇ ਨਾ ਭਾਈ ਸੁਥਰਾ ਸੰਗਤ ਵਿੱਚ ਆਇਆ। ਮਹਾਰਾਜ ਕਹਿੰਦੇ ਸੁਥਰਿਆ ਤੂੰ ਮੂੰਹ ਤੇ ਕਾਲਕ ਕਿਉਂ ਮਲੀ ਹੈ? ਤੇ ਭਾਈ ਸੁਥਰਾ ਕਹਿੰਦਾ ਮੈਂ ਸੰਗਤ ਕੀ ਹਾਂਡੀ ਭਇਆ,
ਕਹਿੰਦੇ ਮੈਂ ਸੰਗਤ ਦੀ ਹਾਂਡੀ ਬਣ ਕੇ ਆਇਆ। ਅੱਗੇ ਘਰਾਂ ਦੇ ਉੱਤੇ ਰੱਖੀ ਹੁੰਦੀ ਸੀ ਨਾ ਕਾਲਾ ਜਿਹਾ ਰੰਗ ਲਾ ਕੇ ਵੀ ਨਜ਼ਰ ਨਾ ਲੱਗੇ ਕਿਸੇ ਦੀ, ਹੁਣ ਭੂਤ ਜਿਹਾ ਲਮਕਾ ਲੈਂਦੇ ਨੇ। ਆਖੋ ਸਤਨਾਮ। ਮੈਂ ਸੰਗਤ ਕੀ ਹਾਂਡੀ ਪਿਆ, ਮੈਂ ਆ ਤੇਰੇ ਕੱਠ ਨੂੰ ਵੇਖ ਕੇ ਕਲਗੀ ਵਾਲਿਆ, ਇਹਨੂੰ ਕਿਸੇ ਦੀ ਨਜ਼ਰ ਨਾ ਲੱਗੇ, ਮੈਂ ਆਪਣਾ ਮੂੰਹ ਕਾਲਾ ਤਾਂ ਕੀਤਾ ਵੀ ਤੇਰੇ ਇਸ ਪੰਥ ਨੂੰ ਨਜ਼ਰ ਨਾ ਲੱਗੇ। ਨਜ਼ਰ ਬੁਰੀ ਆਪਣੇ ਪੈ ਲਿਆ, ਜੇ ਕੋਈ ਇਹਨੂੰ ਨਜ਼ਰ ਲਾਉਣਾ ਵੀ ਚਾਹੂ ਤੇ ਮੈਂ ਆਪਣੇ ਤੇ ਲਵਾਂਗਾ। ਆਖੋ ਸਤਨਾਮ। ਇਹ ਪ੍ਰੇਮ ਸੀ ਭਾਈ ਸੁਥਰੇ ਸ਼ਾਹ ਦਾ ਗੁਰੂ ਘਰ ਦੇ ਨਾਲ, ਤੇ ਉਹ ਚੱਕ ਕੇ ਪਾਲਿਆ ਢੇਰਾਂ ਤੋਂ। ਪਿਆਰਿਓ ਪੂਰਵਲੇ ਕਰਮਾਂ ਦਾ ਕੋਈ ਪਤਾ ਨਹੀਂ ਕਦੋਂ ਤੁਹਾਡੇ ਕਰਮ ਖੁੱਲ੍ਹ ਕੇ ਕਿਹੜੀ ਕਿਰਪਾ ਗੁਰੂ ਨੇ ਕਰਨੀ ਹੈ। ਭਾਈ ਬਹਿਲੋ ਜੀ ਨੂੰ ਅੱਗੇ ਕਰਕੇ ਮਹਾਰਾਜ ਨੇ ਬਚਨ ਕੀਤਾ, ਭਾਈ ਬਹਿਲੋ ਸਭ ਤੋਂ ਪਹਿਲੋਂ, ਤੇ ਨਾਲੇ ਬਚਨ ਕੀਤਾ ਜਾ ਹੁਣ ਆਪਣੇ ਪਿੰਡ ਫਫੜੇ, ਉੱਥੇ ਜਾ ਕੇ ਨਾਲੇ ਤਾਂ ਦੁਨੀਆਂ ਦਾ ਭਲਾ ਕਰ, ਨਾਲੇ ਦੁਨੀਆਂ ਨੂੰ ਸਿੱਧੇ ਰਸਤੇ ਲਾਉਣੇ, ਕਰਾਮਾਤਾਂ ਨਹੀਂ ਕਰਨੀਆਂ, ਭਾਵ ਕਿਸੇ ਦਾ ਨੁਕਸਾਨ ਨਹੀਂ ਕਰਨਾ। ਹਾਂ ਕੋਈ ਦੁਖੀ ਆਉਂਦਾ ਹੈ, ਗੁਰੂ ਚਰਨਾਂ 'ਚ ਉਹਦੀ ਅਰਦਾਸ ਕਰਕੇ ਉਹਦਾ ਭਲਾ ਕਰ। ਤੇ ਜਦੋਂ ਗੁਰਮੁਖੋ ਭਾਈ ਬਹਿਲੋ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਗਿਆ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਠਿੰਡੇ ਵੱਲ ਆਪਣੇ ਪਿੰਡ ਫਫੜੇ ਨੂੰ ਤੁਰਿਆ, ਉੱਥੇ ਰਹਿ ਕੇ ਸੇਵਾ ਆਰੰਭ ਕੀਤੀ, ਤੇ ਭਾਈ ਕੇ ਨਾਮ ਨਾਲ ਪ੍ਰਸਿੱਧ ਹੋਇਆ ਭਾਈ ਬਹਿਲੋ ਜੀ ਦਾ ਪਰਿਵਾਰ ਭਾਈ ਕੇ। ਤੇ ਅੱਜ ਉਸ ਪਿੰਡ ਦਾ ਨਾਮ ਹੈ ਫਫੜੇ ਭਾਈ ਕੇ। ਆਖੋ ਸਤਨਾਮ। ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ, ਭਾਈ ਬਹਿਲੋ ਜੀ ਦਾ ਨਗਰ ਹੈ, ਉਹਦਾ ਨਾਮ ਹੈ ਫਫੜੇ ਭਾਈ ਕੇ, ਕਿਉਂਕਿ ਭਾਈ ਬਹਿਲੋ ਜੀ ਦੇ ਨਾਮ ਤੇ ਫਿਰ ਉਹ ਪਿੰਡ ਜਾਣਿਆ ਜਾਣ ਲੱਗਾ। ਤੇ ਮਹਾਰਾਜ ਨੇ ਇਹ ਵੀ ਬਚਨ ਕਰਤਾ ਸੀ, ਬਹਿਲੋ ਜਿੰਨੇ ਦੁਨੀਆਂ ਦੇ ਵਿੱਚ ਭੂਤ ਪਸਾਚ ਨੇ, ਜਿੰਨੇ ਨਜ਼ਰਾਂ ਤੋਂ ਓਹਲੇ ਨੇ, ਤੇਰੇ ਦਰ ਤੇ ਆਉਣ ਵਾਲਿਆਂ ਦੇ ਕੋਈ ਵੀ ਨੇੜੇ ਇੱਦਾਂ ਦੀ ਰੂਹ ਨਹੀਂ ਆਵੇਗੀ। ਆਖੋ ਸਤਨਾਮ। ਆਪਣੇ ਸੇਵਕ ਕੋ ਦੇਹ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਗੁਰੂ ਸਾਹਿਬ ਆਪਣੇ ਸੇਵਕਾਂ ਨੂੰ ਵਡਿਆਈਆਂ ਦਿੰਦੇ ਨੇ। ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਹੈ, ਬਾਜਾਂ ਵਾਲੇ ਪਿਤਾ ਤੇਰੀ ਧੰਨ ਸਿੱਖੀ ਹੈ, ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਹੈ, ਬਾਜਾਂ ਵਾਲੇ ਪਿਤਾ ਤੇਰੀ ਧੰਨ ਸਿੱਖੀ ਹੈ, ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਹੈ, ਬਾਜਾਂ ਵਾਲੇ ਪਿਤਾ ਤੇਰੀ ਧੰਨ ਸਿੱਖੀ ਹੈ, ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਹੈ, ਬਾਜਾਂ ਵਾਲੇ ਪਿਤਾ ਤੇਰੀ ਧੰਨ ਸਿੱਖੀ ਹੈ, ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਹੈ, ਬਾਜਾਂ ਵਾਲੇ ਪਿਤਾ ਤੇਰੀ ਧੰਨ ਸਿੱਖੀ ਹੈ, ਧੰਨ ਹਾਂਜੀ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਹੈ, ਬਾਜਾਂ ਵਾਲੇ ਪੁਰਾ ਤੇਰੀ ਧੰਨ ਸਿੱਖੀ ਹੈ, ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਹੈ, ਬਾਜਾਂ ਵਾਲੇ ਪਿਤਾ ਤੇਰੀ ਧੰਨ ਸਿੱਖੀ ਹੈ, ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ, ਬਾਜਾਂ ਵਾਲੇ ਪਿਤਾ ਤੇਰੀ ਧੰਨ ਸਿੱਖੀ ਹੈ, ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਹੈ, ਬਾਜਾਂ ਵਾਲੇ ਪਿਤਾ ਤੇਰੀ ਧੰਨ ਸਿੱਖੀ ਹੈ, ਧੰਨ ਸਿੱਖੀ
ਤੰਗ ਸਿੱਖੀ ਤੰਗ ਸਿੱਖੀ ਹੈ ਬਾਜਾਂ ਵਾਲੇ ਗੁਰਾਨੇ ਦੀ ਤੰਗ ਸਿੱਖੀ ਹੈ ਤੰਗ ਸਿੱਖੀ ਤੰਗ ਸਿੱਖੀ ਤੰਗ ਸਿੱਖੀ ਹੈ ਬਾਜਾਂ ਵਾਲੇ ਗੁਰਾਨੇ ਦੀ ਤੰਗ ਸਿੱਖੀ ਹੈ ਐਸੇ ਸਿੱਖ ਗੁਰੂ ਨਾਨਕ ਦੇ ਘਰ ਵਿੱਚ ਆਏ ਨੇ ਜਿਨ੍ਹਾਂ ਨੇ ਆਪਣਾ ਆਪ ਗਵਾ ਕੇ ਗੁਰੂ ਘਰ ਦੇ ਵਿੱਚ ਸੇਵਾ ਨਿਭਾਈ ਤੇ ਮਾਣ ਪਾਇਆ ਤੇ ਬਾਣੀ ਦਾ ਵੀ ਫਰਮਾਨ ਇਹੀ ਹੈ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਵੇ ਮਾਣ ਮਾਰੇ ਕਹਿੰਦੇ ਆਪਣਾ ਆਪ ਭੁੱਲ ਕੇ ਆਪਣਾ ਆਪ ਪ੍ਰਵਾਹ ਕੀਤੇ ਬਿਨਾਂ ਗੁਰੂ ਘਰ ਦੀ ਸੇਵਾ ਕਰ ਤਾਂ ਤੈਨੂੰ ਇਸ ਘਰ ਚੋਂ ਮਾਣ ਮਿਲਦਾ ਹੈ ਸੇਵਾ ਕਰੋ ਨੇਕੀ ਕਰੋ ਪਰ ਉਹਨੂੰ ਜਣਾਉਣਾ ਨਹੀਂ ਚਾਹੀਦਾ ਬਾਅਦ ਵਿੱਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਪਹਿਲੋ ਜੀ ਨੇ ਫਿਰ ਆਪਣੇ ਨਗਰ ਵਿੱਚ ਰਹਿ ਕੇ ਨਾਲੇ ਸਿੱਖੀ ਦਾ ਪ੍ਰਚਾਰ ਕੀਤਾ ਨਾਲੇ ਭਾਈ ਬਹਿਲੋ ਜੀ ਨੇ ਲੰਗਰ ਭੰਡਾਰੇ ਚਲਾਏ ਨਾਲੇ ਜਿੰਨੀਆਂ ਵੀ ਦੁਖੀ ਦਰਦੀ ਸੰਗਤਾਂ ਭਾਈ ਬਹਿਲੋ ਜੀ ਦੇ ਅਸਥਾਨ ਤੇ ਆਉਂਦੀਆਂ ਸਾਰੀਆਂ ਸੰਗਤਾਂ ਤਨ ਦੇ ਮਨ ਦੇ ਰੋਗ ਭਾਈ ਬਹਿਲੋ ਜੀ ਦੇ ਅਸਥਾਨਾਂ ਤੋਂ ਉਦੋਂ ਵੀ ਠੀਕ ਹੁੰਦੇ ਸੀ ਤੇ ਅੱਜ ਵੀ ਹੁੰਦੇ ਨੇ ਕਿਉਂਕਿ ਬਚਨ ਮਿਲਿਆ ਹੋਇਆ ਭਾਈ ਬਹਿਲੋ ਜੀ ਨੂੰ ਬਹਿਲੋ ਭਾਈ ਬਹਿਲੋ ਜੀ ਨੇ ਜਿਹੜੀ ਨਿਰੰਤਰ ਆਪਣਾ ਮਾਣ ਛੱਡ ਕੇ ਸੇਵਾ ਕੀਤੀ ਭਾਈ ਬਹਿਲੋ ਸਭ ਤੋਂ ਪਹਿਲੋਂ ਇਹ ਮਹਾਰਾਜ ਨੇ ਮਾਣ ਦਿੱਤਾ ਸੀ ਸੇਵਾ ਕਰਕੇ ਪਹਿਲੋਂ ਹੋਇਆ ਤੇ ਗੱਲ ਤੇ ਆ ਕੇ ਫਿਰ ਉੱਥੇ ਮੁੱਕਦੀ ਹੈ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਨਹੀਂ ਪ੍ਰਭ ਪਾਇਓ ਗੁਰੂ ਘਰ ਦੇ ਵਿੱਚ ਮਾਣ ਉਹਨੂੰ ਹੀ ਮਿਲਦਾ ਜਿਨ ਪ੍ਰੇਮ ਕੀਤਾ ਹੋਵੇ ਜੇਨ ਸੇਵਾ ਵਿੱਚ ਪ੍ਰੇਮ ਰੱਖਿਆ ਬੰਦਗੀ ਵਿੱਚ ਪ੍ਰੇਮ ਰੱਖਿਆ ਭਜਨ ਵਿੱਚ ਪ੍ਰੇਮ ਰੱਖਿਆ ਕਿਸੇ ਦੇ ਨਾਲ ਬੋਲ ਚਾਲ ਰੱਖਦੇ ਆ ਉਹਦੇ ਵਿੱਚ ਵੀ ਪ੍ਰੇਮ ਝਲਕੇ ਉਹਦੇ ਵਿੱਚ ਵੀ ਨਿਮਰਤਾ ਝਲਕੇ ਕੁਝ ਦਿਨ ਪਹਿਲਾਂ ਭਗਵਾਨ ਜੀ ਮਹਾਰਾਜ ਬਾਬਾ ਸ਼੍ਰੀ ਚੰਦ ਮਹਾਰਾਜ ਦਾ ਪ੍ਰਕਾਸ਼ ਪੁਰਬ ਲੰਘਿਆ ਸਾਰੇ ਦੇਸ਼ਾਂ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਿਆਰ ਦੇ ਵਿੱਚ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਰਤਨ ਵੱਡੇ ਵੱਡੇ ਸਮਾਗਮ ਹੋਏ ਬਹੁਤਾਤ ਗਿਣਤੀ 'ਚ ਬਾਬਾ ਜੀ ਦੇ ਪ੍ਰੇਮ ਵਾਲੀ ਸੰਗਤ ਹੁਣ ਸਭ ਕੁਝ ਤਕਰੀਬਨ ਜਾਣ ਚੁੱਕੀ ਹੈ ਮਹਾਰਾਜ ਜੀ ਦੇ ਇਤਿਹਾਸ ਬਾਰੇ ਗੁਰੂ ਸਾਹਿਬ ਜੀ ਦੇ ਬਚਨਾਂ ਬਾਰੇ ਗੁਰੂ ਘਰ ਦੇ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਘਰ ਦੇ ਪ੍ਰੇਮ ਬਾਰੇ ਇਹ ਦੁਨੀਆਂ ਦੇ ਵਿੱਚ ਸਭ ਨੂੰ ਪਤਾ ਹੈ ਕੁਝ ਕਾਂਗਿਆਰੀ ਹੁੰਦੀ ਹੈ ਕਿਤੇ ਸੀਨੇ ਬਸੀਨੇ ਕਿੰਤੂ ਪਰੰਤੂ ਕਰਨ ਵਾਲੇ ਲੋਕ ਹੁੰਦੇ ਨੇ ਪਰ ਪਿਆਰੇ ਉਹ ਗੁਰੂ ਸਾਹਿਬ ਜੀ ਦੇ ਘਰ ਦੀ ਵਡਿਆਈ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਘਰ ਦੀ ਵਡਿਆਈ ਇਹ ਕਦੇ ਛੁਪਦੀ ਨਹੀਂ ਆਓ ਬਾਬਾ ਜੀ ਦੇ ਪ੍ਰੇਮ 'ਚ ਇੱਕ ਧਾਰਨਾ ਪੜ੍ਹ ਕੇ ਫਿਰ ਸਮਾਪਤੀ ਅਗਲਾ ਪ੍ਰੋਗਰਾਮ ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ ਸੰਗਤਾਂ ਨੂੰ ਸਰਵਣ ਕਰਾਉਣਗੇ ਗਿਆਨੀ ਤਰਸੇਮ ਸਿੰਘ ਜੀ ਮੋਰਾਂ ਵਾਲੀ ਇਹਨਾਂ ਦੇ ਸਮੂਹ ਜਥੇ ਨੂੰ ਜੀ ਆਇਆਂ ਮਹਾਂਪੁਰਖਾਂ ਦੇ ਅਸਥਾਨ ਨਾਲ ਮਹਾਂਪੁਰਖਾਂ ਦੇ ਚਰਨਾਂ ਨਾਲ ਬੇਅੰਤ ਪ੍ਰੇਮ ਮਹਾਰਾਜ ਇਸੇ ਤਰ੍ਹਾਂ ਸਭ ਦਾ ਪ੍ਰੇਮ ਬਣਾ ਕੇ ਰੱਖਣ ਔਰ ਬਚਨ ਕੀ ਆਏ ਭਗਵਾਨ ਜੀ ਮਹਾਰਾਜ ਬਾਬਾ ਸ਼੍ਰੀ ਚੰਦ ਸਾਹਿਬ ਜੀ ਜਿਹਨਾਂ ਦੇ ਦਰ ਦੇ ਉੱਤੇ ਵੱਡੇ ਵੱਡੇ ਰਾਜੇ ਝੁਕੇ ਵੱਡੇ ਵੱਡੇ ਰੋਗੀਆਂ ਦੇ ਰੋਗ ਠੀਕ ਹੋਏ ਐਸਾ ਘਰ ਜਿੱਥੋਂ ਆ ਕੇ ਸਭ ਨੂੰ ਮੁਰਾਦਾਂ ਮਿਲੀਆਂ ਮੁਰਾਦਾਂ ਪੂਰੀਆਂ ਹੋਈਆਂ ਪੜਿਓ ਕੋਈ ਰਸਨਾ ਵਾਂਝੀ ਨਾ ਰਵੇ ਜੀ ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ
ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ, ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ, ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ, ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ, ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ, ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ, ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ, ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ। ਰੱਬ ਦੇ ਹੀ ਭੇਜੇ ਸਾਧੂ ਦੁਨੀਆ ਤੇ ਆਉਂਦੇ ਨੇ, ਰੱਬ ਦੇ ਹੀ ਭੇਜੇ ਸਾਧੂ ਦੁਨੀਆ ਤੇ ਆਉਂਦੇ ਨੇ, ਰੱਬ ਦੇ ਹੀ ਭੇਜੇ ਸਾਧੂ ਦੁਨੀਆ ਤੇ ਆਉਂਦੇ ਨੇ, ਰੱਬ ਦੇ ਹੀ ਭੇਜੇ ਸਾਧੂ ਦੁਨੀਆ ਤੇ ਆਉਂਦੇ ਨੇ, ਰੱਬ ਦੇ ਹੀ ਭੇਜੇ ਸਾਧੂ ਦੁਨੀਆ ਤੇ ਆਉਂਦੇ ਨੇ, ਰੱਬ ਦੇ ਹੀ ਭੇਜੇ ਸਾਧੂ ਦੁਨੀਆ ਤੇ ਆਉਂਦੇ ਨੇ, ਨਾਮ ਜਪਦੇ ਨੇ ਨਾੜੇ ਸਭ ਨੂੰ ਜਪਾਉਂਦੇ 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 ਨੇ, ਦਰਸ਼ਨ ਕਰਕੇ ਤੇਰੇ ਸਭ ਦੀਆਂ ਰੂਹਾਂ ਰਚੀਆਂ, ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ, ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ, ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ, ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ, ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ, ਬਾਬਾ ਸ਼੍ਰੀ ਚੰਦ ਜੀ ਦੇ ਦੁਆਰੇ ਰੌਣਕਾਂ ਨੇ ਖੂਬ ਲੱਗੀਆਂ। ਅੱਜ ਕਿੰਨੀ ਬਣ ਗਿਆ ਕਾਂਸੀ ਤਾਂਬਾ ਕਿੰਨੀ ਲੌਂਗ ਸੁਪਾਰੀ, ਸੰਤੋ ਬਣ ਗਿਆ ਨਾਮ ਗੋਬਿੰਦ ਕਾ ਸਾਰੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕਰਕੇ ਆਪ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਪਹੁੰਚੇ ਹੋ।
ਸ਼੍ਰੀ ਮਾਨ ਸੰਤ ਬਾਬਾ ਸੁਰਜੀਤ ਸਿੰਘ ਜੀ, ਸ਼੍ਰੀ ਮਾਨ ਸੰਤ ਬਾਬਾ ਸਤਵਿੰਦਰ ਸਿੰਘ ਜੀ ਮਹਾਂਪੁਰਖਾਂ ਵੱਲੋਂ ਸਮੂਹ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਸਭ ਦਾ ਧੰਨਵਾਦ। ਆਓ ਬੜੇ ਪ੍ਰੇਮ ਦੇ ਨਾਲ ਅਗਲਾ ਪ੍ਰੋਗਰਾਮ ਬੜੀ ਭਾਵਨਾ ਤੇ ਸ਼ਰਧਾ ਦੇ ਨਾਲ ਇਸੇ ਤਰ੍ਹਾਂ ਵੱਡੀ ਗਿਣਤੀ ਚ ਆਪ ਜੀ ਸਤਿਗੁਰਾਂ ਦੀ ਹਜ਼ੂਰੀ ਚ ਸੱਜ ਕਰਕੇ ਆਨੰਦ ਮਾਣ ਰਹੇ ਹੋ। ਬਾਹਰ ਜਿਹੜੀਆਂ ਵੀ ਸੰਗਤਾਂ ਨੇ, ਫਿਰ ਦੁਬਾਰਾ ਬੇਨਤੀ ਹੈ ਕਿ ਆਪ ਜੀ ਜਿਹਨਾਂ ਨੇ ਜਲ ਪਾਣੀ ਛਕ ਲਿਆ ਹੈ, ਸੇਵਾਦਾਰਾਂ ਤੋਂ ਬਗੈਰ ਹੋਰ ਜਿਹੜੀਆਂ ਸੰਗਤਾਂ ਨੇ, ਸਭ ਨੂੰ ਬੇਨਤੀ ਹੈ ਭਾਈ ਕਿ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਆ ਕੇ ਸੱਜਣ ਦੀ ਕਿਰਪਾਲਤਾ ਕਰੀਏ, ਤਾਂ ਜੋ ਸਤਿਗੁਰਾਂ ਦੇ ਗੁਰ ਇਤਿਹਾਸ ਗੁਰਮਤ ਦੀਆਂ ਵਿਚਾਰਾਂ ਦੇ ਲਾਹੇ ਪ੍ਰਾਪਤ ਕਰ ਸਕੀਏ। ਆਏ ਹੋਏ ਜਥਿਆਂ ਨੂੰ ਜੀ ਆਇਆਂ। ਗਿਆਨੀ ਤਰਸੇਮ ਸਿੰਘ ਜੀ ਮੋਹਰਾਂ ਵਾਲੀ, ਉਹ ਵੀ ਸੰਗਤ ਵਿੱਚ ਹਾਜ਼ਰ ਹੋ ਗਏ ਨੇ, ਉਹਨਾਂ ਦਾ ਸਮਾਂ। ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ ਅਗਲਾ ਸਮਾਂ ਆਪ ਜੀ ਦੇ ਵਿੱਚ ਸਰਵਣ ਕਰਾਉਣਗੇ। ਬੋਲਦਿਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਕੋਈ ਰਸਨਾ ਵਾਂਝੀ ਨਾ ਰਵੇ। ਇੱਕੋ ਵਾਰੀ ਕਹਿਣ ਤੇ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਧੰਨ, ਵਾਹਿਗੁਰੂ ਜੀ ਕੀ ਫਤਿਹ।